ਜੇ ਪਰਮੇਸ਼ਰ ਸਾਡਾ ਬਾਪ ਹੈ ਤਾਂ ਪਰਮੇਸ਼ਰ ਸਾਡੀ ਮਾਂ ਵੀ ਹੈ। ਹਾਲੇਲੂਇਆ। ਅੱਜ ਮਦਰਸ ਡੇ ਹੈ। ਅੱਜ ਕਹਿ ਸਕਦੇ ਹਾਂ ਕਿ ਬਹੁਤ ਸਾਰੇ ਚਰਚਾਂ ਵਿੱਚ ਅੱਜ ਅਸੀਂ ਦੇਖਦੇ ਹੈਗੇ ਹਾਂ ਕਿ ਮਦਰਸ ਡੇ ਦੇ ਬਾਰੇ ਲੋਕ ਅੱਜ ਸਿੱਖ ਰਹੇ, ਮਦਰਸ ਡੇ ਦੇ ਮੈਸੇਜ 'ਤੇ ਲੋਕ ਬਰਕਤ ਪਾ ਰਹੇ। ਸੋ ਇਹ ਖੁਦਾ ਦਾ ਇੱਕ ਇੰਤਜ਼ਾਮ ਹੈ। ਬੋਲੋ ਹਾਲੇਲੂਇਆ, ਬੋਲੋ ਹਾਲੇਲੂਇਆ। ਸੋ ਅਸੀਂ ਪਿਛਲੇ ਸਮੇਂ ਤੋਂ ਮਦਰਸ ਡੇ ਬਾਰੇ ਸਿੱਖ ਰਹੇ ਹਾਂ। ਸੋ ਬਹੁਤ ਸਾਰੇ ਲੋਕਾਂ ਨੇ ਬਹੁਤ ਸਾਰੀਆਂ ਗੱਲਾਂ ਸਿੱਖੀਆਂ ਕਿ ਇਹ ਦਿਨ ਕਿੱਦਾਂ ਸ਼ੁਰੂ ਹੋਇਆ ਔਰ ਕਿਸ ਤਰ੍ਹਾਂ ਅੱਗੇ ਵਧਿਆ। ਇਹ ਸਾਰੀਆਂ ਗੱਲਾਂ ਆਪਾਂ ਸਿੱਖ ਚੁੱਕੇ ਹਾਂ। ਸੋ ਅੱਜ ਅਸੀਂ ਮਾਤਾ ਦੇ ਬਾਰੇ ਥੋੜ੍ਹੀ ਹੋਰ ਵੀ ਜਾਣਕਾਰੀ ਸਿੱਖਾਂਗੇ ਔਰ ਮਾਤਾ ਦੀਆਂ ਵੀ ਕੁਛ, ਮਾਵਾਂ ਦੀਆਂ ਵੀ ਕੁਛ ਜ਼ਿੰਮੇਵਾਰੀ ਹੈਗੀਆਂ, ਉਹਨਾਂ ਨੂੰ ਵੀ ਸਿੱਖਣਾ ਹੈ। ਹਾਲੇਲੂਇਆ। ਆਪ ਭਾਈ ਲੋਕ ਹਾਲੇਲੂਇਆ ਬੋਲਣ ਦਾ ਸਰਫਾ ਕਰਦੇ ਆ। ਹਾਂਜੀ ਅਜੀਜ਼ੋ, ਮਾਂ ਜਿਹੜੀ ਹੈ, ਜਦੋਂ ਮਾਂ ਬਣ ਜਾਂਦੀ ਹੈ ਤਾਂ ਉਹਦੇ ਮਨ ਦੇ ਵਿੱਚ ਮਾਂ ਬਣਨ ਦੀ ਇੱਕ ਬਹੁਤ ਵੱਡੀ ਖੁਸ਼ੀ ਹੁੰਦੀ ਹੈ। ਮਾਂ ਜਦੋਂ ਮਾਂ ਬਣ ਜਾਂਦੀ ਹੈ ਉਹ ਬਹੁਤ ਜ਼ਿਆਦਾ ਆਪਣੀਆਂ ਜ਼ਿੰਮੇਵਾਰੀਆਂ ਉੱਤੇ ਗੌਰ ਕਰਦੀ ਹੈ ਔਰ ਮਾਂ ਨੂੰ ਸਲਾਹਾਂ ਦੇਣ ਵਾਲੇ ਵੀ ਬਹੁਤ ਸਾਰੇ ਹੁੰਦੇ ਹੈ ਔਰ ਮਾਂ ਆਪਣਾ ਜਿਹੜਾ ਧਿਆਨ ਹੈ ਆਪਣੇ ਬੱਚੇ ਵਿੱਚ ਬਹੁਤ ਜ਼ਿਆਦਾ ਲਗਾਉਂਦੀ ਹੈ ਔਰ ਆਪਣੇ ਬੱਚੇ ਨੂੰ ਦੇਖ ਕੇ ਬਹੁਤ ਪ੍ਰਸੰਨ ਹੁੰਦੀ ਹੈ ਔਰ ਆਪਣੇ ਬੱਚੇ ਨੂੰ ਦੇਖ ਕੇ ਖੁਦਾ ਦਾ ਬਹੁਤ ਧੰਨਵਾਦ ਕਰਦੀ ਹੈ। ਹਾਲੇਲੂਇਆ। ਮਾਂ ਨੂੰ ਇਸ ਚੀਜ਼ ਦਾ ਪਤਾ ਹੈ ਕਿ ਇਹ ਬੱਚਾ ਮੈਨੂੰ ਕਿੱਥੋਂ ਮਿਲਿਆ ਹੈ, ਇਹ ਪਰਮੇਸ਼ੁਰ ਤੋਂ ਮਿਲਿਆ। ਸੋ ਮਾਂ ਆਪਣੀਆਂ ਜ਼ਿੰਮੇਵਾਰੀਆਂ ਦੇ ਨਾਲ ਨਾਲ ਪਰਮੇਸ਼ੁਰ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੀ ਹੈ। ਸੋ ਮਾਂ ਦਾ ਜਿਹੜਾ ਰਿਸ਼ਤਾ ਹੈ ਇਸ ਸੰਸਾਰ ਵਿੱਚ ਬੜਾ ਹੀ ਆਲਾ ਹੈ। ਹਾਲੇਲੂਇਆ, ਹਾਲੇਲੂਇਆ। ਤੁਸੀਂ ਦੁਨਿਆਵੀ ਤੌਰ 'ਤੇ ਬੜੇ ਸਾਰੇ ਗੀਤ ਸੁਣਦੇ ਹੋ, ਮਾਂ ਦੇ ਪਿਆਰ ਦੇ ਵਿੱਚ ਬੜੇ ਲੋਕਾਂ ਨੇ ਗੀਤ ਬੋਲੇ ਹੈ ਔਰ ਮਾਂ ਨੂੰ ਜਦੋਂ ਕੋਈ ਵੀ ਯਾਦ ਕਰਦਾ, ਜੇ ਮਾਂ ਹੋਵੇ ਵੀ ਦੂਰ ਹੋਵੇ ਤਾਂ ਫਿਰ ਵੀ ਮਾਂ ਨੂੰ ਯਾਦ ਕਰਕੇ ਅਤੇ ਆਂਸੂ ਆ ਜਾਂਦੇ ਆ, ਦਿਲ ਜਿਹੜਾ ਭਰ ਜਾਂਦਾ ਹੈ। ਸੋ ਜਿਹਨਾਂ ਦੀਆਂ ਮਾਵਾਂ ਨਹੀਂ ਹਨ ਉਹ ਤਾਂ ਜ਼ਰੂਰ ਹੈ ਕਿ ਡੋਲ ਜਾਣਗੇ, ਹੈ ਨਾ, ਮੌਕੇ 'ਤੇ ਉਹਨਾਂ ਨੂੰ ਜ਼ਰੂਰ ਹੁੰਦੀ ਹੈ, ਪਰੇਸ਼ਾਨੀ ਹੁੰਦੀ ਹੈ ਕਿ ਅੱਜ ਸਾਡੀ ਮਾਂ ਹੋਣੀ ਚਾਹੀਦੀ ਸੀ। ਮਾਂ ਦੀਆਂ ਪਿਆਰ ਦੀਆਂ ਗੱਲਾਂ ਯਾਦ ਆਉਂਦੀਆਂ, ਮਾਂ ਦੇ ਖਾਣੇ ਦੀ ਯਾਦ ਆਉਂਦੀਆਂ, ਮਾਂ ਬਹੁਤ ਅੱਛਾ ਖਾਣਾ ਬਣਾਉਂਦੀ, ਮਾਂ ਸੰਭਾਲਦੀ ਆਪਣੇ ਬੱਚਿਆਂ ਨੂੰ, ਮਾਂ ਆਪਣੇ ਬੱਚਿਆਂ ਵਾਸਤੇ ਡਾਕਟਰ ਹੁੰਦੀ ਹੈ ਔਰ ਮਾਂ ਆਪਣੇ ਬੱਚਿਆਂ ਵਾਸਤੇ ਇੱਕ ਚੰਗਾ ਪਾਲਣ ਪੋਸ਼ਣ ਕਰਦੀ ਹੈ, ਮਾਂ ਆਪਣੇ ਬੱਚਿਆਂ ਦੇ ਵਾਸਤੇ ਇੱਕ ਚੰਗੀ ਨਿਆਂਕਾਰੀ ਹੁੰਦੀ, ਕਿਉਂਕਿ ਜਦੋਂ ਮਾਂ ਦੇ ਦੋ ਤਿੰਨ ਬੱਚੇ ਹੁੰਦੇ ਆ ਆਪਸ ਵਿੱਚ ਲੜ ਪੈਂਦੇ ਤਾਂ ਮਾਂ ਫਿਰ ਬੜੇ ਧਿਆਨ ਨਾਲ ਉਹਨਾਂ ਦਾ ਫੈਸਲਾ ਕਰਦੀ ਹੈ। ਮਾਂ ਦੇ ਬੜੇ ਸਾਰੇ ਗੁਣ ਹੈਗੇ ਆ। ਹਾਲੇਲੂਇਆ, ਹਾਲੇਲੂਇਆ। ਸੋ ਮਾਂ ਦੀ ਜਿਹੜੀ ਮਮਤਾ ਹੈ ਉਹ ਬੜੀ ਹੀ ਪਿਆਰੀ ਹੈ। ਮਾਂ ਦਾ ਜਿਹੜਾ ਪਿਆਰ ਹੈ ਉਹਦੇ ਵਿੱਚ ਬੜੀ ਸਾਰੀ ਖਿੱਚ ਹੈ। ਬੇਸ਼ੱਕ ਅੱਜ ਅਸੀਂ ਕਿੰਨੀ ਉਮਰ ਵਿੱਚ ਪਹੁੰਚ ਗਏ ਹੈਗੇ ਹਾਂ, ਲੇਕਿਨ ਮਾਂ ਦੀ ਜਦੋਂ ਗੱਲ ਕਰਦੇ ਹਾਂ ਤਾਂ ਦਿਲ ਜਿਹੜਾ ਕਮਜ਼ੋਰ ਹੋ ਜਾਂਦਾ ਹੈ, ਫਿਰ ਪਰਮੇਸ਼ੁਰ ਹੀ ਸੰਭਾਲਦਾ ਹੈ। ਬੋਲੋ ਹਾਲੇਲੂਇਆ। ਸੋ ਮਾਂ ਦਾ ਜਿਹੜਾ ਪਿਆਰ ਹੈ ਬਹੁਤ ਜ਼ਿਆਦਾ ਕੀ ਹੈ, ਖਿੱਚ ਕਰਦਾ ਹੈ। ਮਾਂ ਦਾ ਪਿਆਰ ਕੀ ਕਰਦਾ ਹੈ ਜੀ, ਖਿੱਚ ਕਰਦਾ। ਮਾਂ ਨੂੰ ਜਦੋਂ ਯਾਦ ਕਰਦੇ ਹਾਂ ਤਾਂ ਦਿਲ ਕੀ ਹੋ ਜਾਂਦਾ, ਕਮਜ਼ੋਰ ਹੁੰਦਾ ਹੈ। ਇੱਕ ਪਰਮੇਸ਼ੁਰ ਹੈ ਜਿਹੜਾ ਸਾਨੂੰ ਫਿਰ ਖੜ੍ਹੇ ਕਰਦਾ ਹੈ। ਹਾਲੇਲੂਇਆ, ਬੋਲੋ ਹਾਲੇਲੂਇਆ। ਮਾਂ ਬਣ ਕੇ ਬੜਾ ਸਾਰਾ ਕਹਿ ਸਕਦੇ ਹਾਂ ਕਿ ਖੁਸ਼ੀ ਮਹਿਸੂਸ ਕਰਦੀ ਹੈ।
ਔਰ ਮਾਂ ਆਪਣੀਆਂ ਬੜੀਆਂ ਸਾਰੀਆਂ ਜ਼ਿੰਮੇਵਾਰੀਆਂ ਨੂੰ ਬਹੁਤ ਜ਼ਿਆਦਾ ਧਿਆਨ ਵਿੱਚ ਰੱਖਦੀ ਹੈ। ਜਦੋਂ ਮਾਂ ਇੱਕ ਬੱਚੇ ਦੀ ਮਾਂ ਬਣ ਜਾਂਦੀ ਹੈ ਔਰ ਉਹਦਾ ਧਿਆਨ ਜਿਹੜਾ ਹੈ ਕੰਮ ਵਿੱਚ ਵੀ ਹੁੰਦਾ, ਪਰਿਵਾਰ ਵਿੱਚ ਵੀ ਹੁੰਦਾ, ਉਹਦਾ ਬੱਚਾ ਉਹਦਾ ਜ਼ਿਆਦਾ ਧਿਆਨ ਕਿੱਥੇ ਹੁੰਦਾ ਹੈ? ਆਪਣੇ ਬੱਚੇ ਵਿੱਚ ਹੁੰਦਾ। ਸੋ ਮਾਂ ਦੀ ਅਸੀਂ ਬਹੁਤ ਜ਼ਿਆਦਾ ਕਦਰ ਕਰਦੀ ਹਾਂ। ਸੋ ਬੇਟੇ ਨੇ ਬਹੁਤ ਅੱਛਾ ਬੋਲਿਆ ਕਿ ਜੇ ਮਾਂ ਨਹੀਂ ਹੈ ਤਾਂ ਗੱਲਾਂ ਕਰਦੇ ਹਾਂ, ਯਾਦ ਕਰਦੇ ਹਾਂ, ਇਹ ਵੀ ਜ਼ਰੂਰੀ ਹੈ, ਲੇਕਿਨ ਜੇ ਮਾਂ ਹੈ ਤਾਂ ਮਾਂ ਦੀ ਬਹੁਤ ਸਾਰੀ ਕਦਰ ਕਰਨੀ ਹੈ ਅਤੇ ਮਾਂ ਦੀ ਵੀ ਕਦਰ ਕਰਨੀ ਹੈ ਅਤੇ ਮਾਂ ਦੇ ਲਾਇਕ ਜਿੰਨੀਆਂ ਹੋਰ ਵੀ ਲੇਡੀਜ਼ ਹੈਗੀਆਂ, ਜਿਹੜੀਆਂ ਹੋਰ ਵੀ ਔਰਤਾਂ, ਉਹਨਾਂ ਦੀ ਵੀ ਕਦਰ ਕਰਨੀ ਹੈ। ਆਪਣੇ ਤੋਂ ਵੱਡੀਆਂ ਜਿੰਨੀਆਂ ਵੀ ਔਰਤਾਂ ਹੈਗੀਆਂ, ਜਿੰਨੀਆਂ ਵੀ ਹੈਗੀਆਂ, ਚਾਹੇ ਛੋਟੀਆਂ ਹੈ ਚਾਹੇ ਵੱਡੀਆਂ, ਸਭਨਾਂ ਦੀ ਕਦਰ ਕਰਨੀ ਹੈ, ਕਿਉਂਕਿ ਕੁਛ ਮਾਵਾਂ ਬਣ ਗਈਆਂ, ਕੁਛ ਬਣਨ ਵਾਲੀਆਂ, ਔਰ ਸਾਰੀਆਂ ਮਾਵਾਂ ਦਾ ਜਿਹੜਾ ਰੁਤਬਾ ਉਹ ਕੀ ਹੈ? ਇੱਕੋ ਜਿਹਾ ਹੈ। ਸੋ ਇਸ ਕਰਕੇ ਸਾਡੇ ਸਮਾਜ ਦੇ ਵਿੱਚ ਔਰਤ ਨੂੰ ਬੜੀ ਪਹਿਲ ਦਿੱਤੀ ਜਾਂਦੀ ਹੈ। ਸਾਡੇ ਸਮਾਜ ਵਿੱਚ ਔਰਤ ਨੂੰ ਕੀ ਹੈ? ਬਹੁਤ ਜ਼ਿਆਦਾ ਪਹਿਲ ਦਿੱਤੀ ਜਾਂਦੀ ਹੈ। ਕੀ ਬੋਲਿਆ ਜਾਂਦਾ? ਲੇਡੀਜ਼ ਕੀ ਹੈ? ਫਸਟ। ਬੋਲੋ, ਲੇਡੀਜ਼ ਕੀ ਹੈ? ਫਸਟ ਹੈ। ਪਹਿਲਾਂ ਕੌਣ ਹੈ ਜੀ? ਲੇਡੀਜ਼ ਹੈ, ਪਹਿਲਾਂ ਇੱਕ ਔਰਤ ਪਹਿਲਾਂ ਹੈ, ਸੋ ਬਾਕੀ ਦੇ ਬਾਅਦ ਵਿੱਚ ਹੈ। ਸੋ ਇਸ ਕਰਕੇ ਅਜ਼ੀਜ਼ੋ, ਮੈਂ ਇੱਕ ਮਾਂ ਦਾ ਜ਼ਿਕਰ ਕਰਨਾ ਚਾਹੁੰਦਾ ਜਿਹਨੇ ਬੱਚੇ ਨੂੰ ਜਨਮ ਤਾਂ ਨਹੀਂ ਦਿੱਤਾ ਲੇਕਿਨ ਹਜ਼ਾਰਾਂ ਲੋਕਾਂ ਦੀ ਮਾਂ ਬਣ ਗਈ। ਬੋਲੋ ਹਾਲੇਲੂਇਆ। ਬਹੁਤ ਸਾਰੀਆਂ ਮਾਵਾਂ ਇੱਦਾਂ ਦੀਆਂ ਹੈਗੀਆਂ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਜਨਮ ਨਹੀਂ ਦਿੱਤਾ ਔਰ ਉਹਨਾਂ ਦੇ ਅੰਦਰ ਇੱਕ ਮਮਤਾ ਹੈ, ਉਹਨਾਂ ਨੇ ਬਹੁਤ ਸਾਰੇ ਬੱਚੇ ਨੂੰ ਪਿਆਰ ਕੀਤਾ ਔਰ ਬਹੁਤ ਸਾਰੇ ਬੱਚਿਆਂ ਦੇ ਦਿਲ ਦੇ ਵਿੱਚ ਇੱਦਾਂ ਦੀ ਜਗ੍ਹਾ ਬਣਾਈ ਮਾਂ ਨਾਲੋਂ ਵੀ ਜ਼ਿਆਦਾ। ਸੋ ਇੱਕ ਜਿਹੜੀ ਔਰਤ ਹੈ, ਇੱਕ ਜਿਹੜੀ ਲੇਡੀ ਹੈ, ਉਹਦੇ ਵਿੱਚ ਉਹਦੇ ਦਿਲ ਦੇ ਅੰਦਰ ਇੰਨਾ ਕੁ ਪਿਆਰ ਹੋਣਾ ਚਾਹੀਦਾ ਹੈ, ਸਿਰਫ ਆਪਣੇ ਬੱਚਿਆਂ ਵਾਸਤੇ ਨਹੀਂ ਦੂਜੇ ਬੱਚਿਆਂ ਦੇ ਵਾਸਤੇ ਵੀ ਪਿਆਰ ਹੋਣਾ ਚਾਹੀਦਾ ਹੈ। ਇੱਕ ਜਿਹੜੀ ਔਰਤ ਹੈ ਜਦੋਂ ਬੱਚਿਆਂ ਨੂੰ ਪਿਆਰ ਕਰਦੀ ਹੈ ਔਰ ਸਾਰਿਆਂ ਦਾ ਧਿਆਨ ਉਹਦੇ ਵੱਲ 'ਚ ਜਾਂਦਾ ਕਿ ਇਹ ਔਰਤ ਆਪਣੇ ਬੱਚਿਆਂ ਨੂੰ ਤਾਂ ਪਿਆਰ ਕਰਦੀ ਹੈ, ਦੂਜਿਆਂ ਨੂੰ ਵੀ ਬਹੁਤ ਸਾਰਾ ਪਿਆਰ ਕਰਦੀ ਹੈ। ਇਹ ਇੱਕ ਚੰਗੀ ਮਾਂ ਦੀ ਕੀ ਹੈ? ਖੂਬੀ ਹੈ। ਇੱਕ ਚੰਗੀ ਮਾਂ ਦਾ ਵੱਲੋਂ ਕੀ ਹੈ? ਸੁਭਾਅ ਹੈ। ਸੋ ਅਸੀਂ ਦੇਖਦੇ ਹਾਂ ਕਿ ਇੱਕ ਮਾਂ ਹੋਈ ਜਿਹਨੇ ਮਾਂ ਬਣ ਕੇ ਬਹੁਤ ਸਾਰੇ ਬੱਚਿਆਂ ਦੀ ਸੇਵਾ ਕੀਤੀ ਲੇਕਿਨ ਉਹਨੇ ਇੱਕ ਵੀ ਬੱਚੇ ਨੂੰ ਜਨਮ ਨਹੀਂ ਦਿੱਤਾ। ਹਾਂਜੀ, ਕੌਣ ਹੈ? ਕੌਣ ਹੈ ਜੀ? ਤੁਸੀਂ ਮਦਰ ਟੀਸਾ ਦੇ ਪਿਆਰ ਨੂੰ ਜਾਣਦੇ ਹੋ, ਤੁਸੀਂ ਮਦਰ ਟੀਸਾ ਦੀਆਂ ਆਦਤਾਂ ਨੂੰ ਜਾਣਦੇ ਹੋ, ਤੁਸੀਂ ਮਦਰ ਟੀਸਾ ਦੇ ਕਹਿ ਸਕਦੇ ਹਿਸਟਰੀ ਨੂੰ ਜਾਣਦੇ ਹੋ। ਹਿਸਟਰੀ ਚਰਚ ਵਿੱਚ ਬੋਲੀ ਗਈ ਕਈ ਵਾਰੀ ਮਦਰ ਟੀਸਾ ਵਾਸਤੇ। ਮਦਰ ਟੀਸਾ ਦੀ ਜਿਹੜੀ ਪਿਆਰ ਦੀ ਜਿਹੜੀ ਖੁਸ਼ਬੂ ਹੈ ਉਹ ਕਿੰਨੀ ਵਰਲਡ ਵਿੱਚ ਫੈਲੀ ਹੈ, ਵਰਲਡ ਲੈਵਲ 'ਤੇ ਮਾਂ ਨੇ ਕਿੰਨਾ ਕੰਮ ਕੀਤਾ, ਮਾਂ ਨੇ ਕਿੰਨੇ ਲੋਕਾਂ ਕਿੰਨੇ ਬੱਚਿਆਂ ਦੀ ਕੇਅਰ ਕੀਤੀ। ਮਦਰ ਟੀਸਾ ਇੱਕ ਬਹੁਤ ਕਹਿ ਸਕਦੇ ਹਾਂ ਕਿ ਇੱਕ ਬਹੁਤ ਕਾਤਬ ਮਾਂ ਸੀ, ਇੱਕ ਬਹੁਤ ਹੀ ਸੁਲਝੀ ਹੋਈ ਇੱਕ ਮਾਂ ਸੀਗੀ ਕਿ ਜਿਹਨੇ ਬਹੁਤ ਸਾਰੇ ਲੋਕਾਂ ਬਹੁਤ ਸਾਰੇ ਬੱਚੇ ਜਿਹੜੇ ਅਨਾਥ, ਬਹੁਤ ਸਾਰੇ ਬੱਚੇ ਜਿਹਨਾਂ ਦਾ ਕੋਈ ਸਹਾਰਾ ਨਹੀਂ, ਬਹੁਤ ਸਾਰੇ ਬੱਚੇ ਜਿਹਨਾਂ ਨੂੰ ਕਹਿ ਸਕਦੇ ਹਾਂ ਕਿ ਰੋਡ 'ਤੇ ਫਿਰਦੇ ਦੇਖਿਆ ਔਰ ਮਦਰ ਟੀਸਾ ਨੇ ਉਹਨਾਂ ਨੂੰ ਆਪਣੇ ਪਨਾਹ ਵਿੱਚ ਲਿਆ, ਆਪਣੇ ਕੋਲ ਉਹਨਾਂ ਨੂੰ ਲਿਆ ਅਤੇ ਉਹਨਾਂ ਦੀ ਸੇਵਾ ਕੀਤੀ। ਜਿਹੜੇ ਸਾਡੇ ਸਿੱਧੂ ਸਾਹਿਬ ਹੈਗੇ ਆ, ਖਿਡਾਰੀ ਹੈਗੇ ਆ ਇੰਡੀਆ ਦੇ,
ਸਾਬਕਾ ਖਿਡਾਰੀ ਹੈਗੀ, ਉਹ ਕਹਿੰਦੇ ਕਿ ਮੈਂ ਇੱਕ ਦਿਨ ਗਿਆ ਮਦਰ ਟੀਸਾ ਦੇ ਆਸ਼ਰਮ 'ਚ ਗਿਆ, ਔਰ ਮੇਰੇ ਦਿਲ 'ਚ ਆਇਆ ਕਿ ਉਹਨਾਂ ਦੀ ਜਾ ਕੇ ਕੁਛ ਬਹੁਤ ਸਾਰੇ ਬੱਚਿਆਂ ਦੀ ਉਹ ਪਾਲਣ ਪੋਸ਼ਣ ਕਰਦੇ ਆ, ਮੈਂ ਜਾਵਾਂ ਅਤੇ ਜਾ ਕੇ ਉਹਨਾਂ ਨੂੰ ਕੁਛ ਕੁਛ ਭੇਂਟ ਕਰਕੇ ਆਵਾਂ। ਕਹਿੰਦੇ ਮੈਂ ਕੁਛ ਪੈਸੇ ਉਹਨਾਂ ਵਾਸਤੇ ਭੇਂਟ ਕਰਨ ਗਿਆ, ਜਦੋਂ ਮੈਂ ਜਾ ਕੇ ਦੇਖਿਆ ਤਾਂ ਮਦਰ ਟੀਸਾ ਇੱਕ ਬੱਚੇ ਦਾ ਟ੍ਰੀਟ ਕਰ ਰਹੀ ਸੀਗੀ, ਇੱਕ ਬੱਚੇ ਦੀ ਸੇਵਾ ਕਰ ਰਹੀ ਸੀਗੀ, ਔਰ ਬੱਚੇ ਨੂੰ ਜਦੋਂ ਮੈਂ ਦੇਖਿਆ ਜਾ ਕੇ ਤਾਂ ਮੈਂ ਦੇਖ ਨਹੀਂ ਸਕਿਆ, ਉਹ ਬੱਚੇ ਦੇ ਜ਼ਖਮ ਔਰ ਇੱਦਾਂ ਦਾ ਗੰਭੀਰ ਜ਼ਖਮ, ਇੱਦਾਂ ਦੇ ਉਹਦੇ ਹਾਲਾਤ। ਕਹਿੰਦਾ ਮੈਂ ਕਿਹਾ ਵੀ ਮਾਂ ਤੂੰ ਕੀ ਆ, ਧੰਨ ਹੈ, ਤੇਰੀ ਜਗ੍ਹਾ ਕੋਈ ਨਹੀਂ ਲੈ ਸਕਦਾ, ਕਿਉਂਕਿ ਆਪਣੇ ਬੱਚਿਆਂ ਨੂੰ ਤਾਂ ਸਾਰੇ ਹੀ ਪਿਆਰ ਕਰਦੇ, ਸਾਰੀਆਂ ਮਾਵਾਂ ਆਪਣੇ ਬੱਚਿਆਂ ਨੂੰ ਪਿਆਰ ਕਰਦੀਆਂ, ਲੇਕਿਨ ਤੂੰ ਸਾਰੇ ਬੱਚਿਆਂ ਨੂੰ ਪਿਆਰ ਕਰਦੀ ਆ। ਸੋ ਮਦਰ, ਹਾਂਜੀ ਤਾਲੀ ਵਜਾ ਸਕਦੇ ਹੋ। ਸਿੱਧੂ ਸਾਹਿਬ ਕਹਿੰਦੇ ਵੀ ਮੈਂ ਮਾਂ ਨੂੰ ਸਲੂਟ ਕਰਦਾ, ਮਦਰ ਟੀਸਾ ਨੂੰ ਮੈਂ ਸਲੂਟ ਕਰਦਾ, ਕਿਉਂਕਿ ਮੈਂ ਉਹਨਾਂ ਵਿੱਚ ਰੀਅਲ ਪਿਆਰ ਦੇਖਿਆ, ਇੱਕ ਉਹ ਪਿਆਰ ਦੇਖਿਆ ਜਿਹਦੇ ਵਿੱਚ ਕੋਈ ਵੀ ਦੂਜੀ ਕੋਈ ਗੱਲ ਨਹੀਂ, ਸੱਚਮੁੱਚ ਪਿਆਰ ਦੇਖਿਆ, ਕਿਉਂਕਿ ਮਦਰ ਟੀਸਾ ਦੇ ਅੰਦਰ ਕਿਹੜਾ ਪਿਆਰ ਸੀ, ਪਰਮੇਸ਼ੁਰ ਦਾ ਪਿਆਰ ਸੀ। ਬੋਲੋ ਹਾਲੇਲੂਇਆ। ਪਰਮੇਸ਼ੁਰ ਸਾਡੇ ਸਾਰਿਆਂ ਦਾ ਕੀ ਹੈ, ਬਾਪ ਹੈ। ਬੋਲੋ, ਪਰਮੇਸ਼ੁਰ ਸਾਡਾ ਸਾਰਿਆਂ ਦਾ, ਬੋਲੋ ਕੀ ਹੈ ਜੀ, ਬਾਪ ਹੈ। ਜੇ ਪਰਮੇਸ਼ੁਰ ਸਾਡਾ ਬਾਪ ਹੈ ਤਾਂ ਪਰਮੇਸ਼ੁਰ ਸਾਡੀ ਮਾਂ ਵੀ ਹੈ। ਹਾਲੇਲੂਇਆ। ਪਰਮੇਸ਼ੁਰ ਸਾਡਾ ਜੇ ਬਾਪ ਹੈ ਤਾਂ ਪਰਮੇਸ਼ੁਰ ਸਾਡੀ ਕੀ ਹੈ, ਮਾਂ ਵੀ ਹੈ। ਪਰਮੇਸ਼ੁਰ ਸਾਡੀ ਮਾਂ ਹੈ। ਪਰਮੇਸ਼ੁਰ ਦਾ ਸੁਭਾਅ ਜਿਹਨਾਂ ਦੇ ਵਿੱਚ ਆ ਜਾਂਦਾ ਹੈ, ਜਿਹਨਾਂ ਔਰਤਾਂ ਦੇ ਵਿੱਚ ਪਰਮੇਸ਼ੁਰ ਦਾ ਸੁਭਾਅ ਆ ਜਾਂਦਾ ਹੈ, ਜਿਹਨਾਂ ਲੋਕਾਂ ਦੇ ਵਿੱਚ ਪਰਮੇਸ਼ੁਰ ਦਾ ਸੁਭਾਅ ਆ ਜਾਂਦਾ ਹੈ, ਅਜੀਜ਼ੋ, ਉਹਨਾਂ ਦੇ ਵਿੱਚ ਮਾਂ ਦੀ ਮਮਤਾ ਜਿਹੜੀ ਹੈ ਉਹ ਦੇਖਣ ਵਾਸਤੇ ਮਿਲਦੀ ਹੈ। ਹਾਲੇਲੂਇਆ। ਸੋ ਅਸੀਂ ਕਹਿ ਸਕਦੇ ਹਾਂ ਕਿ ਮਦਰ ਟੀਸਾ ਤੋਂ ਬਹੁਤ ਸਾਰੀਆਂ ਮਾਵਾਂ ਨੂੰ ਸਿੱਖਣ ਵਾਸਤੇ ਮਿਲਦਾ। ਅੱਜ ਜਿਹੜੀਆਂ ਮਾਵਾਂ ਸੁਣਦੀਆਂ ਇਸ ਗੱਲ ਨੂੰ, ਉਹਨਾਂ ਨੇ ਆਪਣੇ ਦਿਲ ਵਿੱਚ ਇੱਦਾਂ ਦੀ ਜੋਤੀ ਨੂੰ ਕੀ ਹੈ, ਜਗਾ ਕੇ ਰੱਖਣਾ ਹੈ। ਹਾਲੇਲੂਇਆ। ਮਾਵਾਂ ਨੇ ਆਪਣੇ ਹਿਰਦੇ ਵਿੱਚ ਜੋਤੀ ਨੂੰ ਕੀ ਕਰਨਾ ਹੈ ਜੀ, ਜਗਾ ਕੇ ਰੱਖਣਾ, ਕਿ ਪਿਆਰ ਦੀ ਜੋਤੀ ਨੂੰ ਆਪਣੇ ਦਿਲ ਵਿੱਚ ਕੀ ਹੈ, ਜਗਾ ਕੇ ਰੱਖਣਾ ਹੈ। ਸੋ ਜੇ ਤੁਸੀਂ ਆਪਣੇ ਬੱਚਿਆਂ ਨੂੰ ਬਹੁਤ ਪਿਆਰ ਕਰਦੇ ਤਾਂ ਬਹੁਤ ਹੀ ਅੱਛਾ ਹੈ। ਹਾਲੇਲੂਇਆ। ਬੋਲੋ ਹਾਲੇਲੂਇਆ। ਤੁਸੀਂ ਦੂਜਿਆਂ ਦੇ ਬੱਚੇ ਦੂਜੇ ਬੱਚਿਆਂ ਨੂੰ ਪਿਆਰ ਕਰਦੇ ਹਾਂ ਤਾਂ ਫਿਰ ਤੁਹਾਡੇ ਵਾਸਤੇ ਬਹੁਤ ਆਲਾ ਗੱਲ ਹੈ, ਬਹੁਤ ਹੀ ਅੱਛਾ ਹੈ। ਔਰ ਇਸ ਤੋਂ ਵੱਡੀ ਗੱਲ ਕਿਹੜੀ ਹੈ, ਇਸ ਤੋਂ ਵੱਡੀ ਗੱਲ ਇਹ ਹੈ ਕਿ ਸਾਰੇ ਸੰਸਾਰ ਦੀਆਂ ਮਾਵਾਂ ਆਪਣੇ ਬੱਚਿਆਂ ਨੂੰ ਪਿਆਰ ਕਰਦੀਆਂ। ਇੱਥੋਂ ਤੱਕ ਹੈ ਕਿ ਜਿਹੜੇ ਪਸ਼ੂ ਹੈ, ਪਸ਼ੂਆਂ ਦੇ ਜਿਹੜੇ ਬੱਚੇ ਹੈ, ਉਹਦੇ ਵਿੱਚ ਜਿਹੜਾ ਕਹਿ ਸਕਦੇ ਹਾਂ ਪਸ਼ੂਆਂ ਵਿੱਚ ਜਿਹੜੀਆਂ ਮਾਵਾਂ ਹੈਗੀਆਂ, ਉਹ ਵੀ ਆਪਣੇ ਬੱਚਿਆਂ ਨੂੰ ਪਿਆਰ ਕਰਦੀਆਂ। ਮਾਂ ਦਾ ਐਡਾ ਵੱਡਾ, ਕਹਿ ਸਕਦੇ ਹਾਂ ਕਿ ਪਰਮੇਸ਼ੁਰ ਨੇ ਮਾਂ ਨੂੰ ਐਡਾ ਵੱਡਾ ਪਿਆਰ ਦਿੱਤਾ ਹੈ, ਐਡਾ ਵੱਡਾ ਦਿਲ ਦਿੱਤਾ ਹੈ, ਇੰਨੀ ਵੱਡੀ ਖੂਬੀ ਦਿੱਤੀ ਹੈ ਕਿ ਮਾਂ ਆਪਣੇ ਬੱਚਿਆਂ ਨੂੰ ਬਹੁਤ ਸਾਰੀ ਪਿਆਰ ਕਰਦੀ ਹੈ। ਸਾਰੇ ਸੰਸਾਰ ਦੀਆਂ ਮਾਵਾਂ ਜਿਹੜੀਆਂ ਆਪਣੇ ਬੱਚਿਆਂ ਨੂੰ ਪਿਆਰ ਕਰਦੀਆਂ, ਲੇਕਿਨ ਇਸ ਤੋਂ ਵੱਡੀ ਇੱਕ ਗੱਲ ਹੈ ਉਹ ਅੱਜ ਸਿੱਖਣੀ ਹੈ। ਬੋਲੋ ਹਾਲੇਲੂਇਆ। ਬੋਲੋ ਹਾਲੇਲੂਇਆ। ਮਾਂ ਨੇ ਆਪਣੇ ਬੱਚੇ ਦਾ ਪਾਲਣ ਪੋਸ਼ਣ ਕਰਦੇ ਕਰਦੇ, ਆਪਣੇ ਮਾਂ ਨੇ ਆਪਣੇ ਬੱਚੇ ਦੀ ਪੜ੍ਹਾਈ ਵੱਲ ਧਿਆਨ ਕਰਦੇ ਕਰਦੇ, ਔਰ ਮਾਂ ਨੇ ਆਪਣੇ ਬੱਚੇ ਦੀ ਹਰ ਇੱਕ ਜ਼ਰੂਰਤ ਨੂੰ ਦੇਖਦਿਆਂ ਦੇਖਦਿਆਂ, ਉਸ ਤੋਂ ਵੱਡੀ ਗੱਲ ਇਹ ਹੈ ਕਿ ਉਹਨੂੰ ਰੂਹਾਨੀ ਤੌਰ 'ਤੇ ਵੀ ਸਿਖਾਉਣਾ ਹੈ। ਮਾਂ ਬੱਚਿਆਂ ਦੀ ਵੱਲੋਂ ਕੀ ਹੈ ਜੀ, ਟੀਚਰ ਹੈ। ਫਸਟ ਟੀਚਰ ਮਾਂ ਹੈ। ਪਹਿਲੀ ਟੀਚਰ ਕੌਣ ਹੈ ਜੀ? ਪਹਿਲੀ ਟੀਚਰ ਜਿਹੜੀ ਉਹ ਬੱਚਿਆਂ ਦੀ ਮਾਂ ਹੈ। ਜੇ ਮਾਂ ਆਪਣੇ ਬੱਚਿਆਂ ਨੂੰ, ਬਹੁਤ ਮਾਵਾਂ ਹੈਗੀਆਂ
ਮੈਂ ਮੇਰਾ ਦਿਲ ਨਹੀਂ ਕਰਦਾ ਮੈਂ ਇਸ ਗੱਲ ਨੂੰ ਜ਼ਿਕਰ ਕਰਾਂ। ਬਹੁਤ ਸਾਰੀਆਂ ਮਾਵਾਂ ਹੈਗੀਆਂ ਕਿ ਜਿਹੜੇ ਆਪਣੇ ਬੱਚਿਆਂ ਨੂੰ ਗਲਤ ਸਿਖਾਉਣ ਵਾਲੀਆਂ ਹੈਗੀਆਂ। ਬਹੁਤ ਸਾਰੀਆਂ ਮਾਵਾਂ ਹੈਗੀਆਂ ਜਿਹੜੀਆਂ ਉਹਨਾਂ ਉਹ ਗਾਲਾਂ ਕੱਢਦੀਆਂ, ਬੱਚੇ ਵੀ ਸਿੱਖਦੇ ਆ। ਬਹੁਤ ਸਾਰੀਆਂ ਮਾਵਾਂ ਹੈਗੀਆਂ ਜਿਹੜੀਆਂ ਇੱਕ ਮਾੜਾ ਸੁਭਾਅ ਰੱਖਦੀਆਂ, ਗੁੱਸੇ ਦਾ ਸੁਭਾਅ ਰੱਖਦੀਆਂ, ਝਗੜੇ ਕਰਨ ਵਾਲਾ ਸੁਭਾਅ ਰੱਖਦੀਆਂ, ਬਹੁਤ ਚੈਂ ਚੈਂ ਕਰਨ ਵਾਲਾ ਸੁਭਾਅ ਰੱਖਦੀਆਂ, ਉਹਨਾਂ ਦੇ ਬੱਚੇ ਉੱਦਾਂ ਹੀ ਸਿੱਖਦੇ ਆ। ਜੇ ਮਾਂ ਬਹੁਤ ਨਿੱਘੇ ਸੁਭਾਅ ਨਾਲ ਗੱਲ ਕਰੇ, ਮਾਂ ਬਹੁਤ ਠੰਡੇ ਲਹਿਜ਼ੇ ਨਾਲ ਗੱਲ ਕਰੇ, ਬਹੁਤ ਹੀ ਅੱਛੇ ਤਰੀਕੇ ਨਾਲ ਗੱਲ ਕਰੇ, ਤਾਂ ਬੱਚੇ ਉੱਦਾਂ ਹੀ ਸਿੱਖਦੇ ਆ। ਔਰ ਮਾਂ ਦੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਹੈ, ਪਰਮੇਸ਼ਰ ਦਾ ਵਚਨ ਵੀ ਸਿਖਾਉਂਦਾ ਹੈ, ਪਰਮੇਸ਼ਰ ਦਾ ਵਚਨ ਵੀ ਸਿਖਾਉਂਦਾ ਵਿਵਸਥਾ ਸਾਰ 11:18-19 ਆਇਤ ਵਿੱਚ ਜਦੋਂ ਪੜ੍ਹਦੇ ਹਾਂ ਲਿਖਿਆ ਕਿ ਆਪਣੇ ਬੱਚਿਆਂ ਨੂੰ ਹਰ ਸਮੇਂ ਚੱਲਦੇ ਫਿਰਦੇ ਉੱਠਦੇ ਬਹਿੰਦੇ ਕੀ ਹੈ ਸਿਖਾਓ। ਕੀ ਲਿਖਿਆ ਬੱਚੇ ਵਿੱਚ? ਆਪਣੇ ਬੱਚਿਆਂ ਨੂੰ ਕੀ ਕਰਨਾ ਹੈ ਜੀ? ਸਿਖਾਓ। ਕਿਹਦੀ ਜ਼ਿੰਮੇਵਾਰੀ ਹੈ? ਮਾਂ ਦੀ ਜ਼ਿੰਮੇਵਾਰੀ। ਬੋਲੋ, ਕਿਹਦੀ ਜ਼ਿੰਮੇਵਾਰੀ ਹੈ? ਇੱਕ ਮਾਂ ਦੀ ਜ਼ਿੰਮੇਵਾਰੀ ਹੈ। ਇੱਕ ਮਾਂ ਨੇ ਹਰ ਸਮੇਂ ਆਪਣੇ ਬੱਚੇ ਨੂੰ ਸਿਖਾਉਣਾ ਹੈ, ਉਸ ਤੋਂ ਪਹਿਲਾਂ ਮਾਂ ਨੇ ਕੀ ਹੈ ਸਿੱਖਣਾ ਹੈ। ਜੇ ਮਾਂ ਸਿੱਖ ਜਾਂਦੀ ਹੈ ਤਾਂ ਆਪਣੇ ਬੱਚੇ ਨੂੰ ਬਹੁਤ ਅੱਛੇ ਤਰੀਕੇ ਨਾਲ ਕੀ ਹੈ ਜੀ? ਸਿਖਾ ਸਕਦੀ ਹੈ। ਸੋ ਅਜੀਜ਼ੋ, ਅੱਜ ਅਸੀਂ ਦੇਖਦੇ ਹੈਗੇ ਹਾਂ ਕਿ ਮਾਵਾਂ ਆਪਣੇ ਬੱਚਿਆਂ ਨੂੰ ਜੇ ਰੂਹਾਨੀ ਤੌਰ 'ਤੇ ਸਿਖਾਉਂਦੀਆਂ, ਜੇ ਬੱਚਿਆਂ ਨੂੰ ਪ੍ਰਾਰਥਨਾ ਕਰਨਾ ਸਿਖਾਉਂਦੀਆਂ, ਜੇ ਬੱਚਿਆਂ ਨੂੰ ਚੋਰੀ ਤੋਂ ਰੋਕਦੀਆਂ, ਜੇ ਮਾੜੇ ਕੰਮਾਂ ਤੋਂ ਵਰਜਦੀਆਂ, ਤਾਂ ਬੱਚੇ ਜਿਹੜੇ ਹੈ ਉਹ ਰੂਹਾਨੀ ਤੌਰ 'ਤੇ ਵੀ ਵੱਧਦੇ ਹੈ, ਜਿਸਮਾਨੀ ਤੌਰ 'ਤੇ ਵੱਧਦੇ ਹੈ, ਤਾਂ ਬੱਚੇ ਪੂਰੇ ਆਪਣੇ ਜੀਵਨ ਵਿੱਚ ਸਫਲ ਹੋ ਸਕਦੇ ਹੈ। ਹਾਲੇਲੂਇਆ, ਹਾਲੇਲੂਇਆ, ਹਾਲੇਲੂਇਆ। ਸੋ ਆਈਏ ਅਸੀਂ ਇੱਕ ਮਾਂ ਦੇ ਬਾਰੇ ਪੜ੍ਹਾਂਗੇ, ਹਾਂਜੀ ਬੱਚਿਆਂ ਵਿੱਚ ਪੜ੍ਹਾਂਗੇ, ਨਿਆਈਆਂ ਦੀ ਪੁਸਤਕ 5 ਉਹਦੀ 7 ਆਇਤ ਵਿੱਚ ਪੜ੍ਹਾਂਗੇ। ਇੱਥੇ ਅਸੀਂ ਇੱਕ ਮਾਂ ਦੇ ਬਾਰੇ ਸਿੱਖਦੇ ਹੈਗੇ ਹਾਂ, ਸੁਣੀਏ। ਜਿਹਨੇ ਕਿ ਆਪਣੀ ਕੌਮ ਦੇ ਵਾਸਤੇ, ਆਪਣੇ ਦੇਸ਼ ਦੇ ਲੋਕਾਂ ਦੇ ਵਾਸਤੇ, ਆਪਣੇ ਸਮਾਜ ਦੇ ਲੋਕਾਂ ਦੇ ਵਾਸਤੇ ਮਾਂ ਬਣ ਕੇ ਖੜੀ ਹੋ ਗਈ, ਔਰ ਉਹਨੇ ਇੱਕ ਜ਼ਬਰਦਸਤ ਫੈਸਲਾ ਲਿਆ ਕਿ ਜੇ ਮੈਂ ਮਾਂ ਬਣ ਕੇ ਨਹੀਂ ਕਰਾਂਗੀ ਤਾਂ ਕੁਛ ਵੀ ਨਹੀਂ ਹੋਣ ਵਾਲਾ। ਹਾਂਜੀ ਪੜ੍ਹੀਏ, 5:7 ਹੈ, ਨਿਆਈਆਂ 5:7। ਇਸਰਾਇਲ ਵਿੱਚ ਆਗੂ ਮੁੱਕ ਗਏ, ਹਾਂਜੀ ਉਹ ਉੱਕਾ ਹੀ ਮੁੱਕ ਗਏ। ਹਾਂਜੀ ਕੀ ਲਿਖਿਆ? ਇਸਰਾਇਲ ਵਿੱਚ ਆਗੂ ਕੀ ਹੈ? ਇਸਰਾਇਲ ਵਿੱਚ ਆਗੂ ਮੁੱਕ ਗਏ। ਹਾਂ ਕੀ ਲਿਖਿਆ? ਇਸਰਾਇਲ ਵਿੱਚ ਆਗੂ ਕੀ ਹੈ? ਮੁੱਕ ਗਏ। ਇਸਰਾਇਲ ਵਿੱਚ ਪਰਮੇਸ਼ਰ ਨੇ ਸ਼ੁਰੂ ਤੋਂ ਲੈ ਕੇ ਬੜੇ ਇੰਤਜ਼ਾਮ ਕਰਕੇ ਰੱਖੇ, ਲੇਕਿਨ ਇੱਥੇ ਹੁਣ ਅਸੀਂ ਦੇਖਦੇ ਹੈਗੇ ਹਾਂ ਕਿ ਇਸਰਾਇਲ ਦੇ ਵਿੱਚ ਜਿਹੜੇ ਆਗੂ ਉਹ ਨਹੀਂ ਹੈ। ਵਚਨ ਕਹਿ ਰਿਹਾ, ਮੈਂ ਨਹੀਂ ਕਹਿ ਰਿਹਾ, ਵਚਨ ਕੀ ਕਹਿੰਦਾ? ਇਸਰਾਇਲ ਦੇ ਵਿੱਚ ਆਗੂ ਕੀ ਹੈ? ਮੁੱਕ ਗਿਆ। ਲੇਕਿਨ ਹਮੇਸ਼ਾ ਹੀ ਕਿਸੇ ਵੀ ਕੰਮ ਨੂੰ ਕਰਨਾ ਤਾਂ ਲੀਡਰ ਦੀ ਲੋੜ ਹੁੰਦੀ ਹੈ, ਕਿਸੇ ਆਗੂ ਦੀ ਲੋੜ ਹੁੰਦੀ ਹੈ, ਕਿਸੇ ਅਗਵਾ ਦੀ ਲੋੜ ਹੁੰਦੀ ਹੈ, ਜ਼ਰੂਰਤ ਹੁੰਦੀ ਹੈ, ਕਿਸੇ ਕਹਿ ਸਕਦੇ ਹਾਂ ਕਿ ਅੱਗੇ ਚੱਲਣ ਵਾਲੇ ਦੀ ਲੋੜ ਹੁੰਦੀ ਹੈ। ਇੱਥੇ ਵਚਨ ਸਿਖਾ ਰਿਹਾ ਕਿ ਇਸਰਾਇਲ ਦੇ ਵਿੱਚ ਜਿਹੜੇ ਆਗੂ ਉਹ ਕੀ ਹੈ? ਖਤਮ ਹੋ ਗਏ, ਨਹੀਂ ਹੈਗੇ। ਹਾਂਜੀ ਉਹ ਉੱਕਾ ਹੀ ਮੁੱਕ ਗਏ। ਕੀ ਲਿਖਿਆ ਹੈ? ਬਿਲਕੁਲ ਕੀ ਹੈ? ਬੋਲੋ, ਬਿਲਕੁਲ ਕੀ ਹੈ? ਭਾਈ ਲੋਕ ਬੋਲੋ, ਹਾਂਜੀ ਹਾਲੇਲੂਇਆ, ਹਾਂਜੀ ਉੱਕਾ ਹੀ ਮੁੱਕ ਗਿਆ। ਹਾਂਜੀ ਜਦ ਤੀਕ ਮੈਂ ਦਬੋਰਾ ਨਾ ਉੱਠੀ। ਹਾਂਜੀ ਇੱਥੇ ਪਰਮੇਸ਼ੁਰ ਦੀ ਦਾਸੀ ਦਬੋਰਾ ਨਬੀ ਹੈ। ਬੋਲੋ ਕੀ ਹੈ ਜੀ? ਨਬੀ ਹੈ, ਉਹ ਨਬੀ ਵੀ ਹੈ, ਇੱਥੇ ਉਹ ਨਿਆਈ ਬਣ ਕੇ ਖੜੀ ਹੋ ਰਹੀ ਹੈ।
ਔਰ ਅਸੀਂ ਅੱਗੇ ਜਾ ਕੇ ਦੇਖਦੇ ਹਾਂ ਕਿ ਉਹਨੇ ਤਿੰਨ ਤਰੀਕੇ ਨਾਲ ਕੰਮ ਕੀਤਾ। ਨਬੀ ਬਣ ਕੇ ਕੰਮ ਕੀਤਾ, ਉਹਨੇ ਅਗੂਆ ਬਣ ਕੇ ਕੰਮ ਕੀਤਾ, ਇੱਕ ਲੀਡਰ ਬਣ ਕੇ ਕੰਮ ਕੀਤਾ, ਔਰ ਉਹਨੇ ਮਾਂ ਬਣ ਕੇ ਵੀ ਕੰਮ ਕਰਨ ਦਾ ਫੈਸਲਾ ਲਿਆ ਹੈ। ਹਾਲੇਲੂਯਾ, ਹਾਲੇਲੂਯਾ। ਉਹਨੇ ਮਾਂ ਬਣ ਕੇ ਕੰਮ ਕਰਨ ਦਾ ਫੈਸਲਾ ਲਿਆ। ਹਾਂਜੀ, ਪੜ੍ਹੀਏ। ਜਦ ਤੀਕ ਮੈਂ ਇਸਰਾਇਲ ਵਿੱਚ ਮਾਤਾ ਬਣ ਕੇ ਨਾ ਉੱਠੀ। ਹਾਂਜੀ, ਕੀ ਕਹਿੰਦੀ? ਜਦੋਂ ਤੱਕ ਇਸ ਆਗੂ ਤਾਂ ਹੈ ਨਹੀਂ ਗੇ, ਲੀਡਰ ਤਾਂ ਹੈ ਨਹੀਂ ਗੇ, ਨਿਆਈ ਤਾਂ ਹੈ ਨਹੀਂ ਗੇ, ਔਰ ਕਸਰ ਰਾਜੇ ਵੀ ਨਹੀਂ ਹੈ, ਲੇਕਿਨ ਸਾਰਾ ਕੁਛ ਨਹੀਂ ਹੈ, ਲੇਕਿਨ ਕਹਿੰਦੀ ਜਦੋਂ ਤੱਕ ਮੈਂ ਨਹੀਂ ਖੜਾ ਹੋਵਾਂਗੀ, ਮੈਂ ਨਹੀਂ ਫੈਸਲਾ ਲਵਾਂਗੀ, ਮੈਂ ਨਹੀਂ ਕਸਰ ਦੀ ਹਿਕਮਤ ਕਰਾਂਗੀ, ਉਦੋਂ ਤੱਕ ਕੰਮ ਨਹੀਂ ਹੋਵੇਗਾ। ਸੋ ਦਬੋਰਾ ਇੱਕ ਲੇਡੀ, ਦਬੋਰਾ ਇੱਕ ਇਸਤਰੀ ਜਿਹੜੀ ਕਿ ਆਪਣੀ ਕੌਮ ਦੇ ਵਾਸਤੇ ਮਾਂ ਬਣ ਕੇ ਖੜੀ ਹੋ ਗਈ। ਬੋਲੋ ਹਾਲੇਲੂਯਾ, ਹਾਲੇਲੂਯਾ। ਹਾਂਜੀ, ਉਹਨੇ ਇੱਕ ਜ਼ਬਰਦਸਤ ਫੈਸਲਾ ਲਿਆ ਕਿ ਮੈਨੂੰ ਹੁਣ ਮਾਂ ਬਣਨ ਦੀ ਲੋੜ ਹੈ, ਮੈਂ ਮਾਂ ਬਣ ਕੇ ਕੰਮ ਕਰਾਂਗੀ, ਮੈਂ ਸਾਰਿਆਂ ਦੇ ਵਾਸਤੇ ਕਹਿ ਇੱਕ ਵੱਡਾ ਕੰਮ ਕਰਾਂਗੀ। ਹਾਂਜੀ, ਉਹਨਾਂ ਨੇ ਨਵੇਂ ਦਿਉਤੇ ਚੁਣੇ। ਹਾਂ, ਸੀ ਜਦ ਤੀਕਰ ਮੈਂ ਇਸਰਾਇਲ ਵਿੱਚ ਮਾਂ ਬਣ ਕੇ ਨਾ ਉੱਠੀ। ਅੱਜ ਮਾਵਾਂ ਨੂੰ ਉੱਠਣ ਦੀ ਲੋੜ ਹੈ, ਧਿਆਨ ਦੇਈਏ। ਅੱਜ ਮਾਵਾਂ ਨੂੰ ਖੜ੍ਹੇ ਹੋਣ ਦੀ ਲੋੜ ਹੈ, ਅੱਜ ਮਾਵਾਂ ਨੂੰ ਆਪਣੇ ਘਰ ਦੇ ਵਿੱਚ ਖੜ੍ਹੇ ਹੋਣ ਦੀ ਲੋੜ ਹੈ, ਅੱਜ ਮਾਵਾਂ ਨੂੰ ਚਰਚ ਵਿੱਚ ਖੜ੍ਹੇ ਹੋਣ ਦੀ ਲੋੜ ਹੈ, ਅੱਜ ਮਾਵਾਂ ਨੂੰ ਆਪਣੇ ਮੁਹੱਲੇ ਦੇ ਵਿੱਚ ਹੋ ਰਹੇ ਬਹੁਤ ਸਾਰੀਆਂ ਜਿਹੜੇ ਗਲਤ ਕੰਮ ਉਹਨਾਂ ਦੇ ਵਾਸਤੇ ਖੜ੍ਹੇ ਹੋਣ ਦੀ ਲੋੜ ਹੈ। ਅੱਜ ਮਾਵਾਂ ਨੂੰ, ਜੇ ਮਾਵਾਂ ਛੋਟੇ ਲੈਵਲ 'ਚ ਖੜ੍ਹੇ ਹੋਣਗੀਆਂ ਤਾਂ ਪਰਮੇਸ਼ੁਰ ਉਹਨਾਂ ਨੂੰ ਵੱਡੇ ਲੈਵਲ ਵਿੱਚ ਵੀ ਖੜ੍ਹੇ ਕਰੇਗਾ। ਹਾਲੇਲੂਯਾ। ਸੋ ਜਿਹੜੇ ਲੋਕ ਆਪਣੇ ਘਰ ਵਿੱਚ ਕੁਛ ਕਰਨਾ ਸ਼ੁਰੂ ਕਰਦੇ ਆ ਅਜ਼ੀਜ਼ੋ, ਉਹ ਥੋੜ੍ਹਾ ਫਿਰ ਉੱਪਰਲੇ ਲੈਵਲ 'ਚ ਉੱਠਦੇ ਆ। ਇੱਕ ਦਿਨ ਉਹ ਸਮਾਜ ਵਿੱਚ ਕੰਮ ਕਰਦੇ ਆ, ਇੱਕ ਦਿਨ ਉਹ ਸਮਾਜ ਤੋਂ ਵੀ ਅੱਗੇ ਜਾ ਕੇ ਕੰਮ ਕਰਦੇ ਆ। ਸੋ ਅੱਜ ਮਾਵਾਂ ਨੂੰ ਖੜ੍ਹੇ ਹੋਣ ਦੀ ਲੋੜ ਹੈ। ਜੇ ਮਾਵਾਂ ਇਸ ਚੀਜ਼ ਨੂੰ ਸਮਝ ਜਾਂਦੀ ਹੈ, ਜੇ ਮਾਂ ਇਸ ਚੀਜ਼ ਨੂੰ ਸਮਝ ਜਾਂਦੀ ਹੈ ਕਿ ਮੈਂ ਆਪਣੇ ਘਰ ਦੇ ਅਨੁਸ਼ਾਸਨ ਨੂੰ ਠੀਕ ਕਰਨਾ, ਜੇ ਘਰ ਦੇ ਡਿਸਿਪਲਿਨ ਨੂੰ ਮੈਂ ਠੀਕ ਕਰਨਾ, ਤਾਂ ਮਾਂ ਆਪਣੇ ਘਰ ਵਿੱਚ ਖੜ੍ਹੀ ਹੁੰਦੀ ਹੈ ਔਰ ਇਹ ਫੈਸਲਾ ਲੈਂਦੀ ਹੈ ਕਿ ਮੈਂ ਦੁਬਾਰਾ ਦੀ ਤਰ੍ਹਾਂ ਖੜ੍ਹੀ ਹੋ ਕੇ ਕੰਮ ਕਰਾਂਗੀ। ਬੋਲੋ ਹਾਲੇਲੂਯਾ, ਹਾਲੇਲੂਯਾ। ਬੋਲੋ, ਮਾਵਾਂ ਨੇ ਕਿੱਦਾਂ ਕੰਮ ਕਰਨਾ ਹੈ? ਦੁਬਾਰਾ ਦੀ ਤਰ੍ਹਾਂ ਕੰਮ ਕਰਨਾ। ਦੁਬਾਰਾ ਇੱਕ ਨਬੀ ਹੈ, ਨਬੀ ਹੈ, ਦੁਬਾਰਾ ਇੱਕ ਖੁਦਾ ਦੇ ਵਾਸਤੇ ਖੜ੍ਹੀ ਹੈ, ਲੇਕਿਨ ਇੱਥੇ ਕਹਿ ਸਕਦੇ ਹਾਂ ਕਿ ਉਹ ਇੱਕ ਮਾਂ ਬਣ ਕੇ ਆਪਣੇ ਸਮਾਜ ਦੇ ਵਾਸਤੇ, ਆਪਣੇ ਦੇਸ਼ ਦੇ ਵਾਸਤੇ, ਆਪਣੇ ਕੌਮ ਦੇ ਵਾਸਤੇ ਖੜ੍ਹੇ ਹੋਣ ਵਾਸਤੇ ਉਹਨੇ ਫੈਸਲਾ ਲੈ ਲਿਆ। ਸੋ ਜੇ ਅੱਜ ਸਾਡੀਆਂ ਜਿਹੜੀਆਂ ਭੈਣਾਂ ਹੈ, ਸਾਡੀਆਂ ਜਿਹੜੀਆਂ ਅੱਜ ਮਾਵਾਂ ਹੈਗੀਆਂ, ਜੇ ਕਹਿ ਸਕਦੇ ਹਾਂ ਨੌਜਵਾਨ ਜਿਹੜੀਆਂ ਸਾਡੀਆਂ ਲੜਕੀਆਂ ਹੈਗੀਆਂ, ਆਉਣ ਵਾਲੇ ਸਮੇਂ ਵਿੱਚ ਉਹਨਾਂ ਨੇ ਕੀ ਬਣਨਾ ਹੈ? ਬੋਲੋ, ਕੀ ਬਣਨਾ ਹੈ ਜੀ? ਮਾਂ ਬਣਨਾ ਹੈ। ਅੱਜ ਤੋਂ ਹੀ ਉਹਨਾਂ ਨੂੰ ਸਿੱਖਣ ਦੀ ਲੋੜ ਹੈ, ਅੱਜ ਤੋਂ ਹੀ ਉਹਨਾਂ ਨੂੰ ਇਹਨਾਂ ਚੀਜ਼ਾਂ ਨੂੰ ਆਪਣੇ ਵਿੱਚ ਦੀ, ਆਪਣੇ ਦਿਮਾਗ ਵਿੱਚ ਦੀ ਦੁਹਰਾਉਣ ਦੀ ਲੋੜ ਹੈ। ਅੱਜ ਸਿੱਖ ਜਾਂਦੀ ਹੈ ਤਾਂ ਕੱਲ੍ਹ ਨੂੰ ਉਹ ਕਰ ਸਕਦੀਆਂ। ਬੋਲੋ ਹਾਲੇਲੂਯਾ। ਸੋ ਜਿਸ ਤਰ੍ਹਾਂ ਦਬੋਰਾ ਨੇ ਕਿਹਾ ਮੈਂ ਮਾਂ ਬਣ ਕੇ ਖੜ੍ਹੀ ਹੋਵਾਂਗੀ, ਔਰ ਅਜ਼ੀਜ਼ੋ ਦਬੋਰਾ ਨੇ ਆਪਣੀ ਕੌਮ ਦੇ ਵਾਸਤੇ ਬਹੁਤ ਸਾਰਾ ਕੰਮ ਵੀ ਕੀਤਾ, ਇਕੱਲਾ ਫੈਸਲਾ ਨਹੀਂ ਲਿਆ। ਬਹੁਤ ਵਾਰੀ ਅਸੀਂ ਫੈਸਲਾ ਲੈ ਲੈਂਦੇ ਹਾਂ ਲੇਕਿਨ ਕਰਦੇ ਨਹੀਂ। ਦਬੋਰਾ ਨੇ ਫੈਸਲਾ ਲਿਆ ਅਤੇ ਦਬੋਰਾ ਦੇ ਕੰਮ ਨੂੰ ਵੀ ਕੀਤਾ। ਬੋਲੋ ਹਾਲੇਲੂਯਾ। ਸੋ ਅਸੀਂ ਦੇਖਦੇ ਹੈਗੇ ਹਾਂ ਕਿ ਅੱਜ ਮਾਵਾਂ ਨੂੰ ਦਬੋਰਾ ਦੀ ਤਰ੍ਹਾਂ ਫੈਸਲਾ ਲੈਣਾ ਹੈ, ਫੈਸਲਾ ਲੈ ਕੇ ਖੜ੍ਹੇ ਹੋਣਾ ਹੈ, ਖੜ੍ਹੇ ਹੋ ਕੇ ਕੰਮ ਕਰਨਾ ਹੈ। ਹਾਲੇਲੂਯਾ। ਹਾਂਜੀ, ਮਾਵਾਂ ਨੇ ਕੀ ਕਰਨਾ ਹੈ? ਆਪਣੇ ਘਰ ਦੇ ਵਿੱਚ ਜ਼ਿੰਮੇਵਾਰੀ ਆਪਣੇ ਬੱਚਿਆਂ ਨੂੰ ਦੇਣੀ ਹੈ, ਬੱਚਿਆਂ ਨੂੰ ਪੜ੍ਹਾਈ ਦੀ ਜ਼ਿੰਮੇਵਾਰੀ ਦੇਣੀ ਹੈ, ਬੱਚਿਆਂ ਨੂੰ ਪ੍ਰਾਰਥਨਾ ਕਰਨ ਦੀ ਜ਼ਿੰਮੇਵਾਰੀ ਦੇਣੀ ਹੈ, ਬੱਚਿਆਂ ਨੂੰ ਦੇਖਣਾ ਕਿ ਖਾਣਾ ਖਾਣ ਦੇ ਸਮੇਂ ਸਾਡੇ ਬੱਚੇ ਪ੍ਰਾਰਥਨਾ ਕਰਦੇ ਆ ਕਿ ਨਹੀਂ ਕਰਦੇ,
ਅਸੀਂ ਸੁਬਾਹ ਉੱਠਦੇ ਪ੍ਰਾਰਥਨਾ ਕਰਦੇ ਹਾਂ ਕਿ ਨਹੀਂ, ਸ਼ਾਮ ਦੇ ਸਮੇਂ ਸਾਡੇ ਬੱਚੇ ਪ੍ਰਾਰਥਨਾ ਕਰਦੇ ਆ ਕਿ ਨਹੀਂ ਕਰਦੇ, ਅਸੀਂ ਫੈਮਿਲੀ ਪ੍ਰੇਅਰ ਕਿੰਨੇ ਫੈਸਲਾ ਲੈਣਾ ਹੈ, ਕਿੰਨੇ ਫੈਸਲਾ ਲੈਣਾ ਹੈ, ਮਾਂ ਨੇ ਲੈਣਾ, ਬਾਪ ਤਾਂ ਕਿਸੇ ਸਮੇਂ ਘਰ ਨਹੀਂ ਹੁੰਦੇ, ਸੋ ਫੈਸਲਾ ਕਿੰਨੇ ਲੈਣਾ ਹੈ, ਬੋਲੋ ਮਾਂ ਨੇ ਫੈਸਲਾ ਲੈਣਾ ਹੈ। ਜੇ ਮਾਂ ਫੈਸਲਾ ਲਵੇਗੀ ਤਾਂ ਮਾਂ ਕਾਮਯਾਬ ਹੋ ਸਕਦੀ ਹੈ, ਮਾਂ ਸਫਲ ਹੋ ਸਕਦੀ ਹੈ। ਔਰ ਅਸੀਂ ਦੇਖਦੇ ਹਾਂ ਕਿ ਜਿਹੜੇ ਲੋਕ ਪ੍ਰਭੂ ਦੇ ਵਿੱਚ ਚੱਲਦੇ ਹੈ, ਜਿਹੜੇ ਲੋਕ ਪ੍ਰਭੂ ਦੇ ਵਿੱਚ ਚੱਲਦੇ ਹੈ, ਉਹ ਇੱਕ ਦਿਨ ਪ੍ਰਕਾਸ਼ ਦੇ ਤਾਰਿਆਂ ਦੇ ਵਾਂਗੂ ਕੀ ਹੈ, ਚਮਕਦੇ ਹੈ। ਬੋਲੋ ਹਾਲੇਲੂਇਆ। ਹਾਂਜੀ, ਇੱਕ ਵਚਨ ਹੋਰ ਪੜ੍ਹਾਂਗੇ, ਮਤੀ ਦੀ ਅੰਜੀਲ 14 ਅਧਿਆਏ ਉਹਦੀ 8 ਆਇਤ ਪੜ੍ਹਾਂਗੇ। ਤਾਂ ਉਹ ਆਪਣੀ ਮਾਂ ਦੀ ਹਾਂਜੀ ਚੁੱਕ ਨਾਲ ਬੋਲੀ, ਹਾਂਜੀ ਯੂਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ ਹਾਂਜੀ ਇੱਥੇ ਥਾਲ ਵਿੱਚ ਮੈਨੂੰ ਦਿਓ। ਹਾਂਜੀ, ਬਸ ਅਸੀਂ ਦੇਖਦੇ ਹੈਗੇ ਹਾਂ ਕਿ ਇੱਕ ਚੰਗੀ ਮਾਂ ਦੇ ਬਾਰੇ ਜਿਹੜੇ ਚੰਗਾ ਫੈਸਲਾ ਲਿਆ ਉਹਦੇ ਬਾਰੇ ਸਿੱਖਿਆ। ਹੁਣ ਉਹ ਮਾਂ ਦੇ ਬਾਰੇ ਦੇਖਦੇ ਹੈਗੇ ਹਾਂ ਕਿ ਜਿਹੜੀ ਮਾਂ ਦੀ ਜਿਹੜੀ ਸੋਚ ਹੈ ਉਹ ਵਚਨ ਤੋਂ ਬਹੁਤ ਸਾਰੀ ਦੂਰ ਹੈ। ਸੁਣਨਾ ਚਾਹੁੰਦੇ ਹੋ? ਸੁਣਨਾ ਚਾਹੁੰਦੇ ਹੋ? ਮੈਂ ਦੇਖ ਨਹੀਂ ਰਿਹਾ ਤੁਹਾਡੇ ਬਾਰੇ, ਦੇਖ ਰਿਹਾ ਵੀ ਤੁਸੀਂ ਧਿਆਨ ਜਿਹਾ ਨਹੀਂ ਦੇ ਰਹੇ, ਧਿਆਨ ਦਿਓ। ਹਾਲੇਲੂਇਆ, ਹਾਲੇਲੂਇਆ। ਹਾਂਜੀ ਅਜੀਜ਼ੋ, ਅਸੀਂ ਦੋ ਮਾਵਾਂ ਦੇ ਬਾਰੇ ਦੇਖਿਆ, ਮਦਰ ਟੀਸਾ ਦੇ ਬਾਰੇ ਦੇਖਿਆ ਕਿ ਜਿਹਨੇ ਇੱਕ ਵੀ ਬੱਚੇ ਨੂੰ ਜਨਮ ਨਹੀਂ ਦਿੱਤਾ ਲੇਕਿਨ ਉਹਨੇ ਮਾਂ ਬਣ ਕੇ ਕੰਮ ਕੀਤਾ, ਜ਼ਬਰਦਸਤ ਕੰਮ ਕੀਤਾ, ਵਰਲਡ ਲੈਵਲ 'ਚ ਕੰਮ ਕੀਤਾ। ਬੋਲੋ ਹਾਲੇਲੂਇਆ, ਹਾਲੇਲੂਇਆ। ਅੱਜ ਜਦੋਂ ਤੱਕ ਅਸੀਂ ਦੇਖਦੇ, ਜਦੋਂ ਤੱਕ ਦੁਨੀਆ ਰਹੇਗੀ ਉਦੋਂ ਤੱਕ ਮਦਰ ਟੀਸਾ ਦਾ ਨਾਂ ਨਹੀਂ ਮਿਟ ਸਕਦਾ, ਕਿਉਂਕਿ ਉਹਨੇ ਮਾਂ ਦੇ ਲੈਵਲ 'ਚ ਕੰਮ ਕੀਤਾ, ਉਹਨੇ ਮਾਂ ਬਣ ਕੇ ਕੰਮ ਕੀਤਾ, ਉਹਨੇ ਕਿੰਨੇ ਹਜ਼ਾਰਾਂ ਬੱਚਿਆਂ ਦੀ ਮਾਂ ਬਣ ਕੇ। ਅੱਜ ਅਸੀਂ ਵੀ ਮਦਰ ਟੀਸਾ ਨੂੰ ਸਲੂਟ ਕਰਦੇ ਹਾਂ, ਅੱਜ ਅਸੀਂ ਵੀ ਮਦਰ ਟੀਸਾ ਦੇ ਕੰਮਾਂ ਨੂੰ ਦੇਖਦੇ ਹਾਂ, ਔਰ ਅਸੀਂ ਜਾਣਦੇ ਹਾਂ ਕਿ ਵਾਕਿਆ ਹੀ ਮਦਰ ਟੀਸਾ ਇੱਕ ਬਹੁਤ ਸੱਚੀ ਮਾਂ ਸੀ, ਔਰ ਉਹਨੇ ਬੇਸ਼ੱਕ ਬੱਚਿਆਂ ਨੂੰ ਜਨਮ ਨਹੀਂ ਦਿੱਤਾ ਲੇਕਿਨ ਬੱਚਿਆਂ ਨੂੰ ਮਮਤਾ ਦਿੱਤੀ ਆ। ਹਾਲੇਲੂਇਆ, 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 ਹਾਲੇਲੂਇਆ। ਬੋਲੋ ਹਾਲੇਲੂਇਆ, ਹਾਲੇਲੂਇਆ। ਸੋ ਉਸ ਤੋਂ ਬਾਅਦ ਵਿੱਚ ਅਸੀਂ ਦਬੋਰਾ ਦੇ ਬਾਰੇ ਦੇਖਦੇ ਹਾਂ ਕਿ ਦਬੋਰਾ ਨੇ ਇੱਕ ਜ਼ਿੰਮੇਵਾਰੀ, ਦੋ ਜ਼ਿੰਮੇਵਾਰੀਆਂ, ਤਿੰਨ ਜ਼ਿੰਮੇਵਾਰੀਆਂ ਲੈ ਕੇ ਕੰਮ ਕੀਤਾ। ਉਹਨੇ ਕਿਹਾ ਕਿ ਜੇ ਮੈਂ ਨਹੀਂ ਖੜੀ ਹੋਵਾਂਗੀ ਤਾਂ ਮੇਰੇ ਕੌਮ ਦੇ ਵਿੱਚ ਕਹਿ ਸਕਦੇ ਹਾਂ ਬਚਾਅ ਨਹੀਂ ਹੈ, ਮੇਰੇ ਲੋਕਾਂ ਦਾ ਬਚਾਅ ਨਹੀਂ ਹੈ ਜੇ ਮੈਂ ਖੜਾ ਨਹੀਂ ਹੋਵਾਂਗੀ। ਉਹਨੇ ਆਤਮਿਕ ਤੌਰ 'ਤੇ ਵੀ ਕੰਮ ਕੀਤਾ, ਜਿਸਮਾਨੀ ਤੌਰ 'ਤੇ ਵੀ ਕੰਮ ਕੀਤਾ, ਅਜੀਜ਼ੋ ਉਹਨੇ ਮਾਂ ਬਣ ਕੇ ਵੀ ਕੰਮ ਕੀਤਾ, ਉਹਨੇ ਹਰ ਤਰੀਕੇ ਨਾਲ ਕੰਮ ਕੀਤਾ, ਇੱਕ ਸਫਲ ਮਾਂ ਬਣ ਕੇ ਕੰਮ ਕਰਕੇ ਦਿਖਾਇਆ। ਬੋਲੋ ਹਾਲੇਲੂਇਆ, ਹਾਲੇਲੂਇਆ। ਦੁਬਾਰਾ ਨੇ ਇੱਕ ਸਫਲ ਮਾਂ ਬਣ ਕੇ ਕੰਮ ਕਰਕੇ ਵਿਖਾਇਆ। ਹੁਣ ਅਸੀਂ ਦੇਖਦੇ ਹੈਗੇ ਇੱਕ ਉਹ ਮਾਂ ਜਿਹਨੂੰ ਵਚਨ ਤੋਂ ਦੂਰ ਹੈਗੀ ਹੈ, ਇੱਕ ਉਹ ਮਾਂ ਜਿਹਦੇ ਜੀਵਨ ਵਿੱਚ ਪਾਪ ਹੈਗਾ, ਇੱਕ ਉਹ ਮਾਂ ਜਿਹੜੀ ਪਰਮੇਸ਼ਵਰ ਤੋਂ ਅਲੱਗ ਹੈ, ਇੱਕ ਉਹ ਮਾਂ ਜਿਹੜੀ ਧਿਆਨ ਨਹੀਂ ਦੇ ਰਹੀ ਕਿ ਮੈਂ ਆਪਣੇ ਬੱਚਿਆਂ ਨੂੰ ਕੀ ਸਿਖਾ ਰਹੀ ਹਾਂ, ਆਪਣੇ ਸਵਾਰਥ ਦੇ ਵਾਸਤੇ ਕੀ ਸਿਖਾ ਰਹੀ ਹਾਂ ਆਪਣੇ ਬੱਚਿਆਂ ਨੂੰ, ਅਸੀਂ ਉਹਦੇ ਬਾਰੇ ਪੜ੍ਹਦੇ ਹਾਂ। ਇੱਥੇ ਅਸੀਂ ਦੇਖਦੇ ਹੈਗੇ ਹਾਂ ਕਿ ਹਾਂ ਪੜ੍ਹੀਏ ਬੱਚੇ ਨੂੰ ਫਿਰ। ਤਾਂ ਉਹ ਆਪਣੀ ਮਾਂ ਦੀ ਚੁੱਕ ਨਾਲ ਬੋਲੀ, ਹਾਂਜੀ ਇੱਕ ਮਾਂ ਦਾ ਜ਼ਿਕਰ ਕੀਤਾ ਜਾਂਦਾ ਹੈ ਕਿ ਮਾਂ ਨੇ ਆਪਣੀ ਬੇਟੀ ਨੂੰ ਕੀ ਸਿਖਾਇਆ, ਮਾਂ ਨੇ ਆਪਣੀ ਬੇਟੀ ਨੂੰ ਕੀ ਸਿਖਾਇਆ। ਇੱਥੇ
ਮਾਂ ਦੀ ਜਿਹੜੀ ਚੁੱਕ ਹੈ, ਮਾਂ ਦੀਆਂ ਜਿਹੜੀਆਂ ਗੱਲਾਂ ਉਹਦੇ ਮੁਤਾਬਕ ਕਹਿ ਸਕਦੇ ਹਾਂ ਕਿ ਬੇਟੀ ਜਿਹੜੀ ਹੈ ਉਹ ਕੁਛ ਗਲਤ ਕਰ ਰਹੀ ਹੈ। ਉਹਦਾ ਅੱਜ ਬਰਥਡੇ ਹੈ, ਉਸ ਬੇਟੀ ਦਾ ਅੱਜ ਬਰਥਡੇ ਹੈ, ਲੇਕਿਨ ਬਰਥਡੇ ਦੇ ਵਿੱਚ ਉਹਦੀ ਮਾਂ ਨੇ ਉਹਨੂੰ ਗਲਤ ਸਿਖਾਇਆ। ਕੀ ਮੰਗ ਲਾ? ਜਦੋਂ ਰਾਜਾ ਬਹੁਤ ਪ੍ਰਸੰਨ ਹੋਇਆ, ਉਹ ਬੇਟੀ ਨੇ ਰਾਜੇ ਨੂੰ ਪ੍ਰਸੰਨ ਕੀਤਾ, ਆਪਣੇ ਬਾਪ ਨੂੰ ਪ੍ਰਸੰਨ ਕੀਤਾ, ਲੇਕਿਨ ਉਹਦਾ ਬਾਪ ਨਹੀਂ ਸੀਗਾ, ਉਹਦੇ ਬਾਪ ਦਾ ਭਰਾ ਸੀਗਾ। ਔਰ ਇੱਥੇ ਅਸੀਂ ਦੇਖਦੇ ਹਾਂ ਕਿ ਮਾਂ ਜਿਹੜੀ ਹੈ ਉਹਨੇ ਇੱਕ ਗਲਤ ਰਿਲੇਸ਼ਨ ਬਣਾਇਆ, ਇੱਕ ਗਲਤ ਇੱਕ ਰਿਸ਼ਤਾ ਬਣਾਇਆ। ਔਰ ਅਸੀਂ ਦੇਖਦੇ ਹੈਗੇ ਹਾਂ ਕਿ ਉਹ ਔਰਤ ਗਲਤ ਹੈ, ਉਹਨੇ ਰਾਜੇ ਨਾਲ ਆਪਣਾ ਗਲਤ ਰਿਸ਼ਤਾ ਬਣਾਇਆ, ਔਰ ਉਹਦੀ ਸੋਚ ਵੀ ਗਲਤ ਹੈ, ਔਰ ਉਹ ਕੰਮ ਵੀ ਗਲਤ ਕਰ ਰਹੀ ਹੈ। ਉਹ ਪਹਿਲਾਂ ਤੋਂ ਹੀ ਪਰਮੇਸ਼ਰ ਦੇ ਬੰਦੇ ਦੇ ਖਿਲਾਫ਼ ਸੀਗੀ, ਪਹਿਲਾਂ ਦੇ ਬੰਦੇ ਦੇ ਪਰਮੇਸ਼ਰ ਦੇ ਬੰਦੇ ਦੀ ਜਾਨ ਲੈਣਾ ਚਾਹੁੰਦੀ ਸੀ। ਉਹਨੇ ਅੱਜ ਦੇਖਿਆ ਕਿ ਅੱਜ ਮੌਕਾ ਮਿਲ ਗਿਆ, ਅੱਜ ਮੌਕਾ ਮਿਲ ਗਿਆ, ਕਿਉਂਕਿ ਪਰਮੇਸ਼ਰ ਦੇ ਨਬੀ ਨੇ ਉਹਦੇ ਵਾਸਤੇ ਪਹਿਲਾਂ ਹੀ ਬੋਲਿਆ ਸੀ ਤੂੰ ਗਲਤ ਹੈ, ਰਾਜੇ ਨੂੰ ਬੋਲਿਆ ਸੀ ਤੂੰ ਗਲਤ ਹੈਗਾ, ਤੂੰ ਗਲਤ ਕਰ ਰਿਹਾ। ਔਰ ਇਹ ਔਰਤ ਜਿਹੜੀ ਰਾਜੇ ਨਾਲ ਗਲਤ ਤਰੀਕੇ ਨਾਲ ਆਪਣਾ ਵਸੇਬਾ ਕਰ ਰਹੀ ਹੈ, ਉਹਦੇ ਵਾਸਤੇ ਉਹਨੇ ਦੇਖਿਆ ਕਿ ਅੱਜ ਮੌਕਾ ਹੈ, ਬੇਟੀ ਦਾ ਬਰਥਡੇ ਹੈ। ਉਹਨੇ ਨੱਚ ਕੇ ਦਿਖਾਇਆ ਆਪਣੇ ਬਾਪ ਨੂੰ, ਔਰ ਹੋਰ ਵੀ ਸਭਾ ਦੇ ਵਿੱਚ ਲੋਕ ਬੈਠੇ ਸੀਗੇ। ਔਰ ਜਦੋਂ ਉਹਨੇ ਕਿਹਾ ਵੀ ਹਾਂ ਤੂੰ ਕੀ ਚਾਹੁੰਦੀ ਹੈ, ਬੜਾ ਰਾਜਾ ਬੜਾ ਪ੍ਰਸੰਨ ਹੋਇਆ ਬੇਟੀ ਤੋਂ, ਤੂੰ ਕੀ ਚਾਹੁੰਦੀ ਹੈ, ਉਹਨੇ ਕੀ ਮੰਗਿਆ ਹੈ ਜੀ? ਚੁੱਕ ਕਿਹਦੀ ਹੈ? ਮਾਂ ਦੀ ਹੈ। ਬੋਲੋ, ਚੁੱਕ ਕਿਹਦੀ ਹੈ? ਸਿੱਖਿਆ ਕਿਹਦੀ ਹੈ? ਮਾਂ ਦੀ ਸਿੱਖਿਆ ਹੈ। ਔਰ ਮਾਂ ਕੀ ਮੰਗ ਰਹੀ ਹੈ? ਹਾਂਜੀ, ਬੇਟੀ ਕੀ ਮੰਗ ਰਹੀ? ਪੜ੍ਹੀਏ, ਯੋਹੰਨਾ ਬਪਤਿਸਮਾ ਦੇਣ ਵਾਲੇ ਦਾ ਸਿਰ। ਹਾਂਜੀ, ਕੀ ਮੰਗ ਰਹੀ ਹੈ ਜੀ? ਇੱਕ ਖੁਦਾ ਦੇ ਨਬੀ ਦਾ ਕੀ ਮੰਗ ਰਹੀ ਹੈ? ਸਿਰ ਮੰਗ ਰਹੀ, ਸਿਰ ਉਤਾਰ ਕੇ ਵੱਖਰਾ ਕਰਕੇ ਲੈ ਕੇ ਆਓ। ਹਾਂਜੀ, ਇੱਥੇ ਥਾਲ ਵਿੱਚ ਮੈਨੂੰ ਦਿਓ। ਹਾਂਜੀ, ਕੀ ਕਹਿ ਰਹੀ ਹੈ? ਥਾਲ ਵਿੱਚ ਰੱਖ ਕੇ ਖੁਦਾ ਦੇ ਬੰਦੇ ਦਾ ਸਿਰ ਮੈਨੂੰ ਲੈ ਕੇ ਦਿਓ। ਤਾਂ ਇਹ ਗੱਲ ਕੌਣ ਸਿਖਾ ਰਹੀ ਹੈ? ਮਾਂ ਸਿਖਾ ਰਹੀ ਹੈ। ਸੰਗਤੀ ਦਿਨਾਂ ਵਿੱਚ ਠੀਕ ਤਰੀਕੇ ਨਾਲ ਚੱਲਦੀ ਹੈ, ਉਹਨਾਂ ਦੇ ਕੰਮ ਦਾ ਰਿਜ਼ਲਟ ਕਿੱਦਾਂ ਦਾ ਹੋਏਗਾ? ਵਧੀਆ ਹੋਏਗਾ। ਸੋ ਅੱਜ ਦੀਆਂ ਮਾਵਾਂ ਨੂੰ ਇਹ ਇੱਕ ਉਪਦੇਸ਼ ਹੈ ਕਿ ਉਹਨਾਂ ਨੇ ਇਹੋ ਜਿਹੀਆਂ ਗਲਤੀਆਂ ਨਹੀਂ ਕਰਨੀਆਂ। ਸੋ ਕਿੱਦਾਂ ਦੀ ਕਿੱਦਾਂ ਦੇ ਕੰਮ ਕਰਨੇ ਹੈ ਜੀ? ਬੋਲੋ, ਕਿੱਦਾਂ ਦੇ? ਮਦਰ ਟੀਸਾ ਦੀ ਤਰ੍ਹਾਂ ਕਰਨਾ ਹੈ, ਦੁਬਾਰਾ ਦੀ ਤਰ੍ਹਾਂ ਕਰਨਾ ਹੈ। ਹੋਰ ਵੀ ਬਹੁਤ ਸਾਰੀਆਂ ਵਚਨ ਵਿੱਚ ਮਾਵਾਂ ਹਨ ਜਿਨ੍ਹਾਂ ਨੇ ਇੱਕ ਬਹੁਤ ਅੱਛਾ ਕਰਕੇ ਦਿਖਾਇਆ, ਉਹਨਾਂ ਦੀ ਰੀਸ ਕਰਨੀ ਹੈ। ਹਾਲੇਲੂਇਆ, ਹਾਲੇਲੂਇਆ, ਬੋਲੋ ਹਾਲੇਲੂਇਆ, ਹਾਲੇਲੂਇਆ। ਇੱਥੇ ਪਰਮੇਸ਼ਰ ਦਾ ਬੰਦਾ ਸੰਤ ਪੌਲਸ ਬਾਰੇ ਅਸੀਂ ਪੜ੍ਹਦੇ ਹੈਗੇ ਹਾਂ, ਆਈਏ ਅਸੀਂ ਬਚਨ ਦੇਖਾਂਗੇ। ਪਹਿਲਾ ਥੈਸਲੋਨੀਕੀਆਂ, ਹਾਂਜੀ, ਪਹਿਲਾ ਥੈਸਲੋਨੀਕੀਆਂ 2 ਅਧਿਆਏ ਉਹਦੀ 7 ਹੈ। ਪਰ ਅਸੀਂ, ਹਾਂਜੀ, ਤੁਹਾਡੇ ਵਿੱਚ ਅਜਿਹੇ ਅਸੀਲ ਸਾਂ, ਹਾਂਜੀ, ਜਿਹੀ ਮਾਤਾ ਜੋ ਆਪਣੇ ਬੱਚਿਆਂ ਨੂੰ ਪਾਲਦੀ ਹੈ। ਹਾਂਜੀ, ਇੱਥੇ ਪਰਮੇਸ਼ਰ ਦਾ ਬੰਦਾ ਕਹਿ ਰਿਹਾ, ਅਸੀਂ ਤੁਹਾਡੇ ਵਿੱਚ ਬੜੇ ਸਬਰ ਨਾਲ ਕੰਮ ਕਰ ਰਹੇ ਹਾਂ, ਬੜੇ ਸੰਤੋਖ ਨਾਲ ਕੰਮ ਕਰ ਰਹੇ ਹਾਂ, ਬੜੇ ਅੱਛੇ ਤਰੀਕੇ ਨਾਲ ਕੰਮ ਕਰ ਰਹੇ ਹਾਂ, ਬਹੁਤ ਹੀ ਸਮਝ ਨਾਲ ਕੰਮ ਕਰ ਰਹੇ ਹਾਂ। ਜਿਸ ਤਰ੍ਹਾਂ ਇੱਕ ਮਾਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਹੈ, ਜਿੱਦਾਂ ਇੱਕ ਮਾਂ ਆਪਣੇ ਬੱਚਿਆਂ ਨੂੰ ਦੇਖਦੀ ਹੈ, ਇੱਥੇ ਪਰਮੇਸ਼ਰ ਦਾ ਬੰਦਾ ਆਪਣੇ ਕੰਮ ਦਾ ਜ਼ਿਕਰ ਕਰ ਰਿਹਾ ਹੈ। ਇੱਥੇ ਪਰਮੇਸ਼ਰ ਦਾ ਬੰਦਾ ਇੱਕ ਮਾਂ ਦਾ ਪਿਆਰ ਨੂੰ ਯਾਰ ਕਰ ਰਿਹਾ ਹੈ,
ਇੱਕ ਮਾਂ ਦੇ ਕੰਮ ਦੀ ਤਾਰੀਫ ਕਰ ਰਿਹਾ। ਕਹਿੰਦਾ ਜਿੱਦਾਂ ਇੱਕ ਮਾਂ ਆਪਣੇ ਬੱਚਿਆਂ ਨੂੰ ਪਿਆਰ ਕਰਦੀ ਹੈ, ਜਿਸ ਤਰ੍ਹਾਂ ਇੱਕ ਮਾਂ ਜਿਹੜੀ ਹੈ ਉਹ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਹੈ, ਅਸੀਂ ਵਚਨ ਦੇ ਨਾਲ ਤੁਹਾਡਾ ਉਦਾਂ ਦਾ ਪਾਲਣ ਪੋਸ਼ਣ ਕਰ ਰਹੇ ਹਾਂ। ਹਾਂਜੀ, ਫਿਰ ਪੜ੍ਹੀਏ ਇਸ ਆਇਤ ਨੂੰ। ਪਰ ਅਸੀਂ ਤੁਹਾਡੇ ਵਿੱਚ, ਹਾਂਜੀ, ਅਜਿਹੇ ਅਸੀਲ ਸਾਂ, ਅਸੀਂ ਤੁਹਾਡੇ ਵਿੱਚ ਬੜੇ ਹੀ ਠੰਡੇ ਸੁਭਾਅ ਦੇ ਨਾਲ ਕੰਮ ਕਰ ਰਹੇ ਹਾਂ, ਬੜੇ ਪਿਆਰ ਨਾਲ ਕਰ ਰਹੇ, ਬੜੇ ਆਤਮਿਕ ਤੌਰ ਤੇ ਕੰਮ ਕਰ ਰਹੇ ਹੈ। ਹਾਂਜੀ, ਜਿਹੀ ਮਾਤਾ ਜੋ, ਹਾਂਜੀ, ਆਪਣੇ ਬੱਚਿਆਂ ਨੂੰ ਪਾਲਦੀ ਹੈ, ਜਿੱਦਾਂ ਮਾਂ ਇੱਕ ਆਪਣੇ ਬੱਚਿਆਂ ਨੂੰ ਦੇਖਦੀ ਹੈ, ਆਪਣੇ ਬੱਚਿਆਂ ਨੂੰ ਪਾਲਦੀ ਹੈ, ਇਸ ਤਰ੍ਹਾਂ ਅਸੀਂ ਤੁਹਾਡੇ ਵਿੱਚ ਕੰਮ ਕਰਦੇ ਹਾਂ। ਸਾਨੂੰ ਸਾਰਿਆਂ ਨੂੰ ਸਿੱਖਣ ਵਾਸਤੇ ਮਿਲਦਾ ਹੈ, ਬੋਲੋ ਹਾਲੇਲੂਇਆ, ਹਾਲੇਲੂਇਆ। ਸਾਨੂੰ ਸਾਰਿਆਂ ਨੂੰ ਸਿੱਖਣ ਵਾਸਤੇ ਮਿਲਦਾ ਹੈ ਕਿ ਅਸੀਂ ਪਰਮੇਸ਼ਰ ਦੇ ਕੰਮ ਨੂੰ ਸਾਰਿਆਂ ਨੇ ਮਿਲ ਕੇ ਇੱਕਜੁੱਟ ਹੋ ਕੇ ਇੱਕ ਮਾਂ ਦੀ ਤਰ੍ਹਾਂ ਕਰਨਾ ਹੈ। ਹਾਲੇਲੂਇਆ, ਹਾਲੇਲੂਇਆ। ਬੋਲੋ ਕਿੱਦਾਂ ਕਰਨਾ ਹੈ ਜੀ, ਬੋਲੋ ਕਿੱਦਾਂ ਕਰਨਾ ਹੈ। ਜਿਹੜੇ ਸਮਝਦੇ ਹੈ ਉਹ ਮਾਂ ਦੀ ਰੀਸ ਕਰ ਸਕਦੇ ਹੈ, ਚਾਹੇ ਮੈਰਿਡ ਹੈ ਅਤੇ ਚਾਹੇ ਅਨਮੈਰਿਡ ਹੈ। ਜਿਹੜੇ ਸਮਝਦੇ ਆ ਮਾਂ ਦੇ ਪਿਆਰ ਨੂੰ ਸਮਝ ਗਏ, ਉਹ ਮਾਂ ਦੀ ਰੀਸ ਕਰ ਸਕਦੇ ਕਿ ਨਹੀਂ, ਬੋਲੋ ਬੋਲੋ, ਕਰ ਸਕਦੇ ਹੈ ਕਿ ਨਹੀਂ, ਕਰ ਸਕਦੇ ਆ। ਸੋ ਅਸੀਂ ਇੱਕ ਇਹਨਾਂ ਵਚਨਾਂ ਨੂੰ ਪੜ੍ਹ ਕੇ ਪਰਮੇਸ਼ਰ ਦੇ ਬੰਦੇ ਦੀ ਰੀਸ ਕਰਨੀ ਹੈ ਕਿ ਪਰਮੇਸ਼ਰ ਦੇ ਬੰਦੇ ਨੇ ਸਾਨੂੰ ਸਿਖਾਇਆ ਕਿ ਜਿੱਦਾਂ ਮਾਂ ਆਪਣੇ ਬੱਚਿਆਂ ਨੂੰ ਪਿਆਰ ਕਰਦੀ ਹੈ, ਅਸੀਂ ਇੱਕ ਦੂਜੇ ਵਾਸਤੇ ਪ੍ਰਾਰਥਨਾ ਕਰਨੀ ਹੈ। ਹਾਲੇਲੂਇਆ, ਬੋਲੋ ਹਾਲੇਲੂਇਆ, ਹਾਲੇਲੂਇਆ। ਹਾਂਜੀ, ਜੋ ਤੁਹਾਡੇ ਕੋਲ ਗੁਣ ਹੈਗਾ, ਜੋ ਤੁਸੀਂ ਕਰ ਸਕਦੇ ਉਹ ਦੂਜਿਆਂ ਨੂੰ ਤੁਸੀਂ ਕੀ ਕਰਨਾ ਹੈ, ਸਿਖਾਉਣਾ ਹੈ। ਜੇ ਤੁਸੀਂ ਦੂਜਿਆਂ ਨੂੰ ਸਿਖਾਉਂਦੇ ਹੈ ਤਾਂ ਤੁਹਾਡੇ ਅੰਦਰ ਇੱਕ ਪਿਆਰ ਹੈ। ਕਿਹੜਾ ਪਿਆਰ ਹੈ? ਮਾਂ ਵਾਲਾ ਪਿਆਰ ਹੈ। ਬੋਲੋ ਕਿਹੜਾ ਪਿਆਰ ਹੈ? ਮਾਂ ਵਾਲਾ। ਇੱਕ ਮਾਂ ਵਾਲਾ ਪਿਆਰ ਹੈ। ਮਾਂ ਵਾਲਾ ਪਿਆਰ ਤੁਹਾਡੇ ਅੰਦਰ ਕੰਮ ਕਰ ਰਿਹਾ। ਤੁਸੀਂ ਆਪਣੇ ਬੱਚਿਆਂ ਨੂੰ, ਆਪਣੇ ਪਰਿਵਾਰ ਨੂੰ, ਆਪਣੇ ਕਲੀਸਿਆਂ ਨੂੰ, ਆਪਣੇ ਕਲੀਸਿਆਂ ਦੇ ਲੋਕਾਂ ਨੂੰ, ਜਿਹਨਾਂ ਨਾਲ ਤੁਸੀਂ ਮਿਲਦੇ ਗਿਲਦੇ, ਉਹਨਾਂ ਨੂੰ ਤੁਸੀਂ ਇਹ ਸਿਖਾ ਸਕਦੇ ਹੋ। ਔਰ ਪਰਮੇਸ਼ੁਰ ਦੇ ਕੋਲ ਤੁਹਾਡੇ ਵਾਸਤੇ, ਬੋਲੋ ਕੀ ਹੈ ਜੀ? ਇਨਾਮ ਹੈ। ਹਾਲੇਲੂਇਆ। ਪਰਮੇਸ਼ੁਰ ਦੇ ਕੋਲ ਤੁਹਾਡੇ ਵਾਸਤੇ ਕੀ ਹੈਗਾ? ਇਨਾਮ ਹੈ। ਜਿਹੜੇ ਲੋਕ ਚੰਗੀਆਂ ਗੱਲਾਂ ਦੀ ਰੀਸ ਕਰਦੇ ਔਰ ਉਹਨਾਂ ਚੰਗੀਆਂ ਗੱਲਾਂ ਨੂੰ ਆਪਣੇ ਵਿੱਚ ਰੱਖਦੇ ਹੈ ਔਰ ਉੱਦਾਂ ਹੀ ਦੂਜਿਆਂ ਦੇ ਨਾਲ ਇਸਤੇਮਾਲ ਹੁੰਦੇ ਹੈ, ਅਜੀਜ਼ੋ, ਉਹਨਾਂ ਦੇ ਵਾਸਤੇ ਪਰਮੇਸ਼ੁਰ ਨੇ ਬੜਾ ਸਾਰਾ ਇਨਾਮ ਰੱਖਿਆ ਹੈ। ਹਾਲੇਲੂਇਆ, ਹਾਲੇਲੂਇਆ। ਬੋਲੋ ਹਾਲੇਲੂਇਆ, ਹਾਲੇਲੂਇਆ। ਅਸੀਂ ਪਰਮੇਸ਼ੁਰ ਦੇ ਬੰਦੇ ਬਾਰੇ, ਸੁਲੇਮਾਨ ਬਾਰੇ ਦੇਖਦੇ ਹੈਗੇ ਹਾਂ ਕਿ ਪਰਮੇਸ਼ੁਰ ਨੇ ਸੁਲੇਮਾਨ ਨੂੰ ਬੜੀ ਸਾਰੀ ਮਦਦ ਦਿੱਤੀ। ਬੋਲੋ ਹਾਲੇਲੂਇਆ, ਹਾਲੇਲੂਇਆ। ਸੁਲੇਮਾਨ ਨੇ ਬੜਾ ਸਾਰਾ ਵਚਨ ਲਿਖਿਆ ਹੈ। ਉਸ ਤੋਂ ਪਹਿਲਾਂ ਪਰਮੇਸ਼ੁਰ ਨੇ ਦਾਊਦ ਨੂੰ ਬੜੀ ਸਾਰੀ ਬੁੱਧ ਦਿੱਤੀ। ਹਾਲੇਲੂਇਆ। ਦਾਊਦ ਨੇ, ਪਰਮੇਸ਼ੁਰ ਦੇ ਬੰਦੇ ਨੇ ਬੜਾ ਸਾਰਾ ਪਰਮੇਸ਼ੁਰ ਦੇ ਭਜਨ ਲਿਖੇ ਔਰ ਉਹਦੇ ਪੁੱਤਰ ਨੇ ਸੁਲੇਮਾਨ ਨੇ ਪਰਮੇਸ਼ੁਰ ਦੇ ਕੋਲੋਂ ਸਮਝ ਮੰਗੀ, ਪਰਮੇਸ਼ੁਰ ਨੇ ਉਹਨੂੰ ਸਮਝ ਦਿੱਤੀ। ਔਰ ਉਸ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਪਰਮੇਸ਼ੁਰ ਨੇ ਸੁਲੇਮਾਨ ਨੂੰ ਸਮਝ ਦਿੱਤੀ ਔਰ ਨਾਲ ਮਾਂ ਦਾ ਵੀ ਜ਼ਿਕਰ ਕੀਤਾ ਗਿਆ। ਹਾਲੇਲੂਇਆ, ਹਾਲੇਲੂਇਆ। ਬੋਲੋ ਹਾਲੇਲੂਇਆ, ਹਾਲੇਲੂਇਆ। ਬੋਲੋ, ਬੁੱਧ ਕਿਹਦੇ ਵੱਲੋਂ ਹੈ ਜੀ? ਪਰਮੇਸ਼ੁਰ ਵੱਲੋਂ ਹੈ, ਲੇਕਿਨ ਜਿਹਨੇ ਕੰਮ ਕੀਤਾ ਹੈ ਉਹਦਾ ਵੀ ਜ਼ਿਕਰ ਕੀਤਾ ਗਿਆ ਹੈ। ਹਾਲੇਲੂਇਆ, ਹਾਲੇਲੂਇਆ। ਸਾਰਾ ਕੁਛ ਤਾਂ ਪਰਮੇਸ਼ੁਰ ਹੀ ਭੇਂਟ ਕਰਦੇ ਹੈ। ਸਾਰਾ ਕੁਛ ਕੌਣ ਭੇਂਟ ਕਰਦਾ ਹੈ ਜੀ? ਪਰਮੇਸ਼ੁਰ ਭੇਂਟ ਕਰਦੇ ਹੈ। ਲੇਕਿਨ ਸੁਲੇਮਾਨ ਨੂੰ ਜਿਹੜੀ ਬੁੱਧ ਦਿੱਤੀ ਗਈ, ਸੁਲੇਮਾਨ ਜਿਹੜੀ ਸਿੱਖਿਆ ਲਈ ਹੈ, ਉਹਦੇ ਵਿੱਚ ਉਹਦੀ ਮਾਂ ਦਾ ਵੀ ਜ਼ਿਕਰ ਹੈ। ਹਾਲੇਲੂਇਆ, ਬੋਲੋ ਹਾਲੇਲੂਇਆ। ਜੇ ਸਾਡੇ ਬੱਚੇ ਅੱਜ ਵਧੀਆ ਕੁਛ ਕਰਨਗੇ ਤੇ ਉਹਨਾਂ ਦੀਆਂ ਮਾਵਾਂ ਦਾ ਵੀ ਨਾਮ ਜ਼ਿਕਰ ਕੀਤਾ ਜਾਏਗਾ। ਹਾਲੇਲੂਇਆ, ਬੋਲੋ ਹਾਲੇਲੂਇਆ। ਤੁਹਾਡੇ ਬੱਚੇ ਬਾਹਰ ਜਾ ਕੇ ਕੁਛ ਗਲਤ ਕਰਨਗੇ ਤੇ ਜ਼ਰੂਰ ਜ਼ਿਕਰ ਕੀਤਾ ਜਾਏਗਾ ਕਿ ਇਹਦਾ ਬੱਚਾ। ਬੱਚੇ ਦੀ ਬੜੀ ਸਾਰੀ ਸ਼ਲਾਘਾ ਕੀਤੀ ਜਾਏਗੀ।
ਬੋਲੋ ਬੜੀ ਸਾਰੀ ਸਲਾਹਤ ਕੀਤੀ ਜਾਏਗੀ ਬੱਚੇ ਦੀ। ਬੜਾ ਲੋਕ ਦੁਖੀ ਹੋਣਗੇ ਕਿ ਬੱਚਾ ਕਿੱਦਾਂ ਦਾ ਆ, ਇਹਦੇ ਮਾਂ ਬਾਪ ਕੌਣ ਹੈਗੇ ਆ, ਕੀ ਉਹ ਕੰਮ ਕਰਦੇ ਆ, ਉਹਨਾਂ ਦੀ ਬੜੀ ਡਿਟੇਲ ਵਿੱਚ ਲੋਕੀ ਜਾਣਗੇ। ਔਰ ਜੇ ਤੁਹਾਡੇ ਬੱਚਿਆਂ ਨੇ ਕੁਛ ਵਧੀਆ ਕਰਕੇ ਦਿਖਾਇਆ, ਸਕੂਲ ਵਿੱਚ ਵਧੀਆ ਕਰਕੇ ਦਿਖਾਇਆ, ਬਾਜ਼ਾਰ ਵਿੱਚ ਵਧੀਆ ਕਰਕੇ ਦਿਖਾਇਆ, ਲੋਕਾਂ ਵਿੱਚ ਵਧੀਆ ਕਰਕੇ ਦਿਖਾਇਆ, ਅਤੇ ਲੋਕ ਤੁਹਾਨੂੰ ਤੁਹਾਡੇ ਤੱਕ ਪਹੁੰਚਣਗੇ, ਤੁਹਾਨੂੰ ਤੱਕ ਲੋਕ ਤੁਹਾਡੀ ਜਾਣ ਪਛਾਣ ਤੱਕ ਪਹੁੰਚਣਗੇ। ਔਰ ਜਦੋਂ ਤੁਹਾਡੇ ਤੱਕ ਲੋਕ ਪਹੁੰਚਣਗੇ ਤਾਂ ਅਜੀਜ਼ੋ ਫਿਰ ਵਡਿਆਈ ਕਿਹਨੂੰ ਮਿਲੇਗੀ, ਵਡਿਆਈ ਪਰਮੇਸ਼ੁਰ ਨੂੰ ਮਿਲੇਗੀ। ਪਤਾ ਲੱਗੇਗਾ ਕਿ ਹਾਂ ਇਹ ਇਹਦੀ ਮਾਂ ਚਰਚ ਜਾਂਦੀ ਆ। ਹਾਲੇ ਲੋਹੀਆ, ਬੋਲੋ ਹਾਲੇ ਲੋਹੀਆ। ਔਰ ਕਈ ਵਾਰੀ ਕੀ ਹੁੰਦਾ ਕਿ ਲੋਕ ਸਮਝ ਨਹੀਂ ਰੱਖਦੇ ਆਪਣੇ ਘਰ ਵਿੱਚ, ਜਦੋਂ ਕਲੇਸ਼ ਕਰਦੇ ਆ ਤਾਂ ਬਦਨਾਮੀ ਕਿਹਦੀ ਹੁੰਦੀ ਹੈ ਜੀ, ਚਰਚ ਦੀ ਹੁੰਦੀ ਹੈ, ਖੁਦਾ ਦੀ ਬਦਨਾਮੀ ਹੁੰਦੀ ਹੈ। ਸੋ ਇਸ ਕਰਕੇ ਅਜੀਜ਼ੋ ਅੱਜ ਸਿੱਖਣ ਵਾਸਤੇ ਮਿਲਦਾ ਹੈ ਕਿ ਬੱਚਿਆਂ ਨੇ ਆਪਣੀ ਮਾਂ ਦੀ ਬਹੁਤ ਰਿਸਪੈਕਟ ਕਰਨੀ ਆ, ਬੱਚਿਆਂ ਨੇ ਆਪਣੀ ਮਾਂ ਦੀ ਬਹੁਤ ਰਿਸਪੈਕਟ ਕਰਨੀ ਹੈ, ਔਰ ਆਪਣੀ ਮਾਂ ਨੂੰ ਕਹਿ ਸਕਦੇ ਹਾਂ ਕਿ ਸੁੱਖ ਦੇਣਾ, ਆਪਣੀ ਮਾਂ ਨੂੰ ਪਿਆਰ ਕਰਨਾ, ਆਪਣੀ ਮਾਂ ਨੂੰ ਪਿਆਰ ਦਿਖਾਉਣਾ। ਸੋ ਜਦੋਂ ਬੱਚੇ ਕਰਨਗੇ ਤਾਂ ਮਾਂ ਵੀ ਆਪਣੇ ਬੱਚਿਆਂ ਦੇ ਵਾਸਤੇ ਅਸੀਸਾਂ ਦੇਵੇਗੀ, ਮਾਂ ਵੀ ਆਪਣੇ ਬੱਚਿਆਂ ਨੂੰ ਵਚਨ ਸੁਣਾਏਗੀ, ਮਾਂ ਵੀ ਆਪਣੇ ਬੱਚਿਆਂ ਵਾਸਤੇ ਪ੍ਰਾਰਥਨਾ ਕਰੇਗੀ, ਔਰ ਸਾਰਾ ਕੁਛ ਵਧੀਆ ਹੋਏਗਾ, ਔਰ ਉਹਦਾ ਜਿਹੜਾ ਰਿਜ਼ਲਟ ਹੈ ਉਹ ਕੀ ਹੋਏਗਾ, ਬੱਚਿਆਂ ਦੀ ਸਫਲਤਾ ਹੋਏਗੀ। ਹਾਲੇ ਲੋਹੀਆ, ਬੋਲੋ ਕੀ ਹੋਵੇਗਾ, ਬੱਚਿਆਂ ਦਾ ਬੋਲੋ ਕੀ ਹੋਵੇਗਾ, ਬੱਚਿਆਂ ਦੀ ਸਫਲਤਾ ਹੋਵੇਗੀ। ਸੋ ਤੁਹਾਡੇ ਬੱਚੇ ਸਫਲ ਹੋਣਗੇ, ਵਡਿਆਈ ਪ੍ਰਭੂ ਦੇ ਨਾਮ ਨੂੰ ਮਿਲੇਗੀ, ਬੱਚਿਆਂ ਦੀ ਜਿਹੜੀ ਜ਼ਿੰਦਗੀ ਹੈ ਉਹਦੇ ਵਿੱਚ ਕਹਿ ਸਕਦੇ ਰੁਕਾਵਟਾਂ ਨਹੀਂ ਹੋਣਗੀਆਂ, ਮੁਸ਼ਕਲਾਂ ਨਹੀਂ ਹੋਣਗੀਆਂ, ਪਰੇਸ਼ਾਨੀਆਂ ਨਹੀਂ ਹੋਣਗੀਆਂ। ਔਰ ਕੰਮ ਕਿਹਨੇ ਕੀਤਾ ਹੈ ਜੀ, ਬੋਲੋ ਕੰਮ ਕਿਹਨੇ ਕੀਤਾ ਹੈ, ਪਰਮੇਸ਼ੁਰ ਨੇ ਜਿਹੜਾ ਕੰਮ ਉੱਤੋਂ ਪ੍ਰੋਵਾਈਡ ਕੀਤਾ ਹੈ ਉਹਨੂੰ ਅੱਗੇ ਕਿਹਨੇ ਕੀਤਾ ਹੈ, ਮਾਂ ਨੇ ਕੀਤਾ। ਮਾਂ ਦੇ ਵਾਸਤੇ ਇੱਕ ਜ਼ੋਰ 47 ਵਜਾਈਏ, ਧੰਨਵਾਦ। ਹਾਂਜੀ, ਅਸੀਂ ਬਚਨ ਬਹੁਤ ਸਾਰੇ ਉਪਦੇਸ਼ ਹੈਗੇ ਜਿਹੜੇ ਸਿੱਖਣ ਵਾਸਤੇ ਹੈ, ਲੇਕਿਨ ਨਹੀਂ ਸਿੱਖਾਂਗੇ। ਇੱਕ ਹੈਡਿੰਗ ਪੜ੍ਹਨਾ ਹੈ, ਹਾਂਜੀ, ਕਹਾਤਾ 31 ਅਧਿਆਇ ਪੜ੍ਹਨਾ, ਪਤਵੰਤ ਇਸਤਰੀ। ਹਾਂਜੀ, ਅੱਗੇ ਪੜ੍ਹੀਏ, ਇੱਕ ਨੰਬਰ ਆਇਤ, ਲਮੂਏਲ ਪਾਤਸ਼ਾਹ ਦੀਆਂ ਗੱਲਾਂ ਦੇ ਅਗਮ ਵਾਕ ਜਿਹੜੇ ਉਹਦੀ ਮਾਤਾ ਨੇ ਉਹਨੂੰ ਸਿਖਾਏ। ਹਾਲੇਲੂਯਾ, ਹਾਲੇਲੂਯਾ। ਪਾਤਸ਼ਾਹ ਦੀਆਂ ਜਿਹੜੀਆਂ ਗੱਲਾਂ ਹੈ ਕਿੱਥੋਂ ਆਈਆਂ ਹੈਗੀਆਂ, ਕਿੱਥੋਂ ਸਿੱਖੀਆਂ ਹੈ ਜੀ, ਉਹਦੀ ਮਾਂ ਨੇ ਸਿਖਾਈਆਂ। ਮਾਂ ਦਾ ਅੱਜ ਲਿਖਤੀ ਤੌਰ 'ਤੇ ਜ਼ਿਕਰ ਹੋ ਰਿਹਾ, ਮਾਂ ਦਾ ਕਿੱਦਾਂ ਜ਼ਿਕਰ ਹੋ ਰਿਹਾ, ਲਿਖਤੀ ਤੌਰ 'ਤੇ ਜ਼ਿਕਰ ਹੋ ਰਿਹਾ। ਸੋ ਅਜੀਜ਼ੋ, ਜੋ ਵੀ ਕਿਸੇ ਨੇ ਕੰਮ ਕੀਤਾ ਹੁੰਦਾ, ਜੇ ਚੰਗਾ ਕੀਤਾ ਹੁੰਦਾ ਤਾਂ ਉਹਦਾ ਵੀ ਜ਼ਿਕਰ ਕੀਤਾ ਜਾਂਦਾ, ਅਤੇ ਜੇ ਮਾੜਾ ਕੀਤਾ ਹੁੰਦਾ ਤਾਂ ਫਿਰ ਹੁੰਦਾ ਜ਼ਿਕਰ ਕਿ ਨਹੀਂ, ਉਹ ਵੀ ਹੁੰਦਾ। ਸੋ ਇੱਥੇ ਪਾਤਸ਼ਾਹ ਦੀ ਮਾਂ ਨੇ ਜਿਹੜੀਆਂ ਉਹਨੂੰ ਜਿਹੜੀਆਂ ਚੰਗੀਆਂ ਗੱਲਾਂ ਸਿਖਾਈਆਂ, ਉਹਦਾ ਬਹੁਤ ਵੱਡਾ ਇੱਕ ਕਹਿ ਸਕਦੇ ਹਾਂ, ਬਹੁਤ ਵੱਡਾ ਇੱਕ ਸੰਖੇਪ ਹੈ, ਬਹੁਤ ਵੱਡਾ ਇੱਕ ਸੰਖੇਪ ਹੈ। ਸੋ ਇਸ ਕਰਕੇ ਅੱਜ ਸਾਨੂੰ ਦੁਆ ਕਰਨ ਦੀ ਲੋੜ ਹੈ, ਅੱਜ ਸਾਨੂੰ ਪ੍ਰਾਰਥਨਾ ਕਰਨ ਦੀ ਲੋੜ ਹੈ ਕਿ ਅਸੀਂ ਬਚਨ 'ਚੋਂ ਸਿੱਖ ਸਕੀਏ। ਹਾਲੇ ਲੋਹੀਆ, ਬੋਲੋ ਹਾਲੇ ਲੋਹੀਆ। ਸਿਰਫ ਮਾਵਾਂ ਵਾਸਤੇ ਨਹੀਂ, ਸਿਰਫ ਬੱਚਿਆਂ ਵਾਸਤੇ ਨਹੀਂ, ਸਭਨਾਂ ਦੇ ਵਾਸਤੇ ਸੰਦੇਸ਼ ਹੈ। ਸਭਨਾਂ ਦੇ ਵਾਸਤੇ ਸੰਦੇਸ਼ ਇਹ ਹੈ ਕਿ ਅਸੀਂ ਕਹਿ ਸਕਦੇ ਹਾਂ, ਅਸੀਂ ਸਾਰੇ ਹੀ ਇੱਕ ਮਾਂ ਦਾ ਸਵਾਲ ਹੈ ਕਿ ਇੱਕ ਦੂਜੇ ਦੇ ਵਾਸਤੇ ਕੁਛ ਕਰਨਾ ਚਾਹੀਏ, ਕਰ ਸਕਦੇ ਹਾਂ। ਹਾਲੇ ਲੋਹੀਆ, ਬੋਲੋ ਹਾਲੇ ਲੋਹੀਆ।
ਜਦੋਂ ਕੋਈ ਕਿਸੇ ਦੀ ਬਹੁਤ ਵਧੀਆ ਦੇਖਭਾਲ ਕਰਦਾ ਹੈ, ਕੋਈ ਕਿਸੇ ਨੂੰ ਪਿਆਰ ਕਰਦਾ ਹੈ, ਕਿਸੇ ਨੂੰ ਕੋਈ ਚੰਗੀ ਕੋਈ ਰਾਹਤ ਦਿੰਦਾ ਹੈ ਔਰ ਉਹਦੇ ਉਹਦੇ ਕੰਮ ਦੀ ਸ਼ਲਾਘਾ ਕੀਤੀ ਜਾਂਦੀ ਹੈ, ਮਾਂ ਦੀ ਤਰ੍ਹਾਂ ਕਿੱਦਾਂ ਧਿਆਨ ਰੱਖਦਾ ਹੈ, ਮਾਂ ਦੀ ਤਰ੍ਹਾਂ ਕਿੱਦਾਂ ਕੰਮ ਕਰਦਾ ਹੈ। ਸੋ ਮਾਂ ਦਾ ਜਿਹੜਾ ਪਿਆਰ ਹੈ ਇੱਕ ਬਹੁਤ ਹੀ ਆਲਾ ਹੈ, ਜਿਹੜਾ ਕਿ ਵਰਣਨ ਦੇ ਯੋਗ ਹੈ। ਮਾਂ ਦਾ ਜਿਹੜਾ ਪਿਆਰ ਹੈ ਉਹ ਉਹਨੂੰ ਅਸੀਂ ਵਰਣਨ ਕਰ ਸਕਦੇ ਹਾਂ, ਮਾਂ ਦੇ ਪਿਆਰ ਨੂੰ ਅਸੀਂ ਕਹਿ ਸਕਦੇ ਹਾਂ ਕਿ ਕਵਿਤਾ ਦੇ ਤੌਰ 'ਤੇ, ਲਿਖਤੀ ਤੌਰ 'ਤੇ, ਆਪਣੀ ਜ਼ੁਬਾਨ ਦੇ ਨਾਲ ਉਹਦੀ ਸ਼ਲਾਘਾ ਕਰ ਸਕਦੇ ਮਾਂ ਦੇ ਪਿਆਰ ਦੀ। ਕਿਉਂਕਿ ਮਾਂ ਦਾ ਜਿਹੜਾ ਪਿਆਰ ਹੈ ਇੱਕ ਬੜਾ ਹੀ ਨਿਆਰਾ ਹੈ, ਮਾਂ ਦਾ ਜਿਹੜਾ ਪਿਆਰ ਹੈ ਬਹੁਤ ਹੀ, ਉਹਦੇ ਵਿੱਚ ਕੋਈ ਕੋਈ ਕਹਿ ਸਕਦੇ ਹਾਂ ਕਿ ਕੋਈ ਲਾਲਚ ਨਹੀਂ ਹੈ, ਮਾਂ ਦੇ ਅੰਦਰੋਂ ਪਿਆਰ ਬੱਚਿਆਂ ਵਾਸਤੇ ਨਿਕਲਦਾ। ਸੋ ਇਸ ਕਰਕੇ ਜਿਹੜਾ ਮਾਂ ਦਾ ਜਿਹੜਾ ਪਿਆਰ ਹੈ ਉਹ ਜਿਹੜਾ ਸੁਭਾਅ ਹੈ ਉਹ ਸਾਡੇ ਸਭਨਾਂ ਦੇ ਵਿੱਚ ਹੋਣਾ ਚਾਹੀਦਾ ਹੈ। ਬੋਲੋ ਹਾਲੇਲੂਇਆ। ਬਚਨ 'ਚੋਂ ਅਸੀਂ ਸਿੱਖਦੇ ਹਾਂ, ਪਰਮੇਸ਼ਰ ਦਾ ਦਾਸ ਸਾਨੂੰ ਸਿਖਾ ਰਿਹਾ ਕਿ ਅਸੀਂ ਕਲੀਸਿਆ ਦੇ ਨਾਲ ਮਾਂ ਦੀ ਤਰ੍ਹਾਂ ਪਿਆਰ ਕੀਤਾ, ਕਲੀਸਿਆ ਨੂੰ ਇੱਕ ਮਾਂ ਦੀ ਤਰ੍ਹਾਂ ਸਿਖਾਇਆ, ਜਿੱਦਾਂ ਮਾਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਹੈ, ਇਸੇ ਤਰ੍ਹਾਂ ਅਸੀਂ ਕਲੀਸਿਆ ਨੂੰ ਸਿਖਾਉਣ ਦੀ ਕੋਸ਼ਿਸ਼ ਕੀਤੀ ਹੈ ਅਤੇ ਕਲੀਸਿਆ ਨੇ ਬਰਕਤ ਪਾਈ ਹੈ। ਹਾਲੇਲੂਇਆ। ਸੋ ਆਈਏ ਸਾਰੇ ਹੀ ਆਪਣੀਆਂ ਆਪਣੀਆਂ ਅੱਖਾਂ ਨੂੰ ਬੰਦ ਕਰੀਏ ਔਰ ਦੁਆ ਕਰੀਏ ਕਿ ਅਸੀਂ ਪਰਿਵਾਰ ਦੇ ਅੰਦਰ ਜਿੰਨੀਆਂ ਵੀ ਔਰਤਾਂ ਹੈਗੀਆਂ ਉਹਨਾਂ ਦਾ ਮਾਣ ਸਤਿਕਾਰ ਕਰੀਏ ਔਰ ਸਾਰੇ ਬੱਚੇ ਆਪਣੀ ਮਾਵਾਂ ਦਾ ਬੜਾ ਸਾਰਾ ਕਹਿ ਸਕਦੇ ਹਾਂ ਕਿ ਆਦਰ ਕਰਨ ਔਰ ਜਿੰਨੇ ਵੀ ਪਰਿਵਾਰ ਮੈਂਬਰ ਹਨ ਉਹ ਸਭ ਇੱਕ ਦੂਜੇ ਦਾ ਆਦਰ ਕਰਨ ਔਰ ਸਭ ਇਹ ਫੈਸਲਾ ਲੈਣ ਕਿ ਸਾਨੂੰ ਪਰਮੇਸ਼ੁਰ ਦੇ ਵੱਲੋਂ ਤੌਫੀਕ ਹੋਵੇ, ਪਰਮੇਸ਼ੁਰ ਦੇ ਵੱਲੋਂ ਸਾਡੀ ਮਦਦ ਹੋਵੇ, ਅਸੀਂ ਇੱਕ ਮਾਂ ਦਾ ਸੁਭਾਅ ਲੈ ਕੇ ਚੱਲ ਸਕੀਏ, ਅਸੀਂ ਇੱਕ ਦੂਜੇ ਵਾਸਤੇ ਪ੍ਰਾਰਥਨਾ ਕਰੀਏ, ਅਸੀਂ ਇੱਕ ਦੂਜੇ ਨੂੰ ਵਚਨ ਸਿਖਾਈਏ, ਜੇ ਅਸੀਂ ਜੋ ਵੀ ਸਿਖਾ ਸਕਦੇ ਅਸੀਂ ਇੱਕ ਦੂਜੇ ਨੂੰ ਸਿਖਾਈਏ, ਚੰਗੇ ਵਾਸਤੇ ਸਿਖਾਈਏ, ਪ੍ਰਭੂ ਦੀ ਵਡਿਆਈ ਵਾਸਤੇ ਸਿਖਾਈਏ। ਸੋ ਪ੍ਰਭੂ ਦੀ ਵਡਿਆਈ ਹੋਵੇ। ਸੋ ਆਈਏ ਆਪਣੀਆਂ ਨੂੰ ਅੱਖਾਂ ਨੂੰ ਬੰਦ ਕਰਕੇ ਅਤੇ ਧੰਨਵਾਦ ਕਰਾਂਗੇ, ਹੱਥਾਂ ਨੂੰ ਉਠਾਈਏ, ਧੰਨਵਾਦ। ਹਾਲੇਲੂਇਆ, 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 ਹਾਲੇਲੂਇਆ। ਸਮਰਥੀ ਬਾਪ ਤੁਹਾਡਾ ਸ਼ੁਕਰ ਹੈ। ਹਾਲੇਲੂਇਆ, 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 ਹਾਲੇਲੂਇਆ। ਯਸੂ ਰਾਜਾ ਤੁਹਾਡਾ ਧੰਨਵਾਦ। ਹਾਲੇਲੂਇਆ। ਪ੍ਰਭੂ ਜੀ ਤੁਹਾਡੇ ਨਾਮ ਦੇ ਵਿੱਚ ਅਸੀਂ ਸਿੱਖਦੇ। ਹਾਲੇਲੂਇਆ। ਸਰਵ ਸ਼ਕਤੀਮਾਨ ਪਰਮੇਸ਼ੁਰ ਤੁਹਾਡਾ ਧੰਨਵਾਦ ਕਰਦੇ। ਖੁਦਾਵੰਦ ਤੁਹਾਡੇ ਵਿੱਚ ਪਿਆਰ ਹੈ, ਤੁਸੀਂ ਆਪਣਾ ਪਿਆਰ ਆਤਮਾ ਦੇ ਦੁਆਰਾ ਵੰਡਦੇ ਹੋ, ਤੁਸੀਂ ਆਪਣਾ ਪਿਆਰ ਵਚਨਾਂ ਦੇ ਦੁਆਰਾ ਵੰਡਦੇ ਹੋ, ਆਪਣਾ ਪਿਆਰ ਆਪਣੇ ਬੱਚਿਆਂ ਉੱਤੇ ਅੰਡੇਲ ਦਿੰਦੇ ਹੋ ਔਰ ਆਪਣਾ ਆਤਮਾ ਦੇ ਦਿੰਦੇ ਹੋ। ਤੁਹਾਡੇ ਆਤਮਾ ਦੇ ਦੁਆਰਾ ਪ੍ਰਭੂ ਜੀ ਤੁਹਾਡੇ ਬੱਚੇ ਸਿੱਖਦੇ ਹੈ ਔਰ ਉਹਨਾਂ ਚੀਜ਼ਾਂ ਨੂੰ ਅਪਣਾ ਲੈਂਦੇ ਹੈ। ਪਿਤਾ ਪ੍ਰਭੂ ਜੀ ਅੱਜ ਤੁਹਾਡਾ ਆਤਮਾ ਬੜੇ ਜ਼ੋਰ ਇੱਕ ਇੱਕ ਉੱਤੇ ਠਹਿਰ ਜਾਏ। ਹਾਲੇਲੂਇਆ। ਔਰ ਸੱਚਮੁੱਚ ਆਏ ਖੁਦਾਵੰਦ ਤੁਹਾਡੇ ਵਚਨ ਨੂੰ ਆਪਣੇ ਦਿਲ ਵਿੱਚ ਸਾਂਭ ਕੇ ਰੱਖ ਸਕਣ, ਕਿਰਪਾ ਕਰੋ, ਫਜ਼ਲ ਕਰੋ। ਹਾਲੇਲੂਇਆ। ਮੇਰੀ ਖਾਸ ਕਰਕੇ ਦੁਆ ਹੈ ਪ੍ਰਭੂ ਜੀ, ਖਾਸ ਕਰਕੇ ਬੇਨਤੀ, ਜਿਹੜੇ ਵੀ ਭੈਣ ਭਾਈ ਅੱਜ ਬਿਮਾਰੀ, ਦੁੱਖ, ਸੰਕਟ, ਕਿਸੇ ਤਰ੍ਹਾਂ ਦੀ ਵੀ ਮੁਸ਼ਕਲ ਲੈ ਕੇ ਆਏ, ਯਸੂ ਨਾਮ 'ਚ ਆਜ਼ਾਦ ਕਰ ਦਿਓ। ਹਾਲੇਲੂਇਆ। ਯਸੂ ਜੀ ਆਪਣੇ ਵਚਨਾਂ ਦੇ ਦੁਆਰਾ ਆਜ਼ਾਦ ਕਰ ਦਿਓ, ਇੱਕ ਇੱਕ 'ਤੇ ਦਇਆ ਕਰੋ, ਇੱਕ ਇੱਕ 'ਤੇ ਫਜ਼ਲ ਕਰੋ। ਹਾਲੇਲੂਇਆ। ਆਏ ਖੁਦਾਵੰਦ ਅੱਜ ਸੁਬਾਹ ਤੋਂ ਲੈ ਕੇ ਹੁਣ ਤੱਕ ਸਾਡੀ ਮਦਦ ਕੀਤੀ, ਅਸੀਂ ਤੁਹਾਡੇ ਬੜੇ ਹੀ ਧੰਨਵਾਦੀ ਹਾਂ, ਅਸੀਂ ਤੁਹਾਡੇ ਬੜੇ ਹੀ ਸ਼ੁਕਰਗੁਜ਼ਾਰ ਹਾਂ। ਦੁਆ ਕਰਦੇ ਹਾਂ ਪ੍ਰਭੂ ਜੀ, ਬੇਨਤੀ ਕਰਦੇ ਸਭ ਭੈਣਾਂ ਪਾਈਆਂ ਬੱਚਿਆਂ ਨੂੰ ਬਹੁਤ ਸਾਰੀ ਬਰਕਤ ਦਿਓ। ਜਿੰਨੇ ਵੀ ਲੋਕ ਅੱਜ ਆਏ ਨੇ, ਕੋਈ ਵੀ ਨਿਰਾਸ਼, ਕੋਈ ਵੀ ਖਾਲੀ ਨਾ ਜਾਏ, ਸਭ ਲੋਕ ਬਰਕਤ ਲੈ ਕੇ ਬਾਲੋ ਬਾਲ ਹੋ ਜਾਣ, ਤੁਹਾਡੀ ਦਇਆ ਬਣੀ ਰਹੇ, ਤੁਹਾਡਾ ਹੋਲੀ ਸਪਿਰਿਟ ਇੱਕ ਇੱਕ ਦੀ ਮਦਦ ਕਰੇ, ਇੱਕ ਇੱਕ ਦੀ ਸਹਾਇਤਾ ਕਰੇ। ਰਾਜਾ ਜੀ ਦਇਆ ਕਰੋ, ਪ੍ਰਭੂ ਜੀ ਦਇਆ ਕਰੋ, ਪ੍ਰਭੂ ਜੀ ਦਇਆ ਕਰੋ, ਪ੍ਰਭੂ ਜੀ ਦਇਆ ਕਰੋ,
ਪ੍ਰਭੂ ਜੀ ਦਇਆ ਕਰੋ, ਰਾਜਾ ਪ੍ਰਭੂ ਦਇਆ ਕਰੋ, ਰਾਜਾ ਪ੍ਰਭੂ ਦਇਆ ਕਰੋ, ਰਾਜਾ ਪ੍ਰਭੂ ਸਭਨਾਂ 'ਤੇ ਦਇਆ ਕਰੋ। ਇੱਕ ਇੱਕ ਦੀ ਬੰਦਗੀ, ਇੱਕ ਇੱਕ ਦੀ ਆਰਾਧਨਾ ਨੂੰ ਯਿਸੂ ਜੀ ਕਬੂਲ ਕਰ ਲਓ। ਯਿਸੂ ਮਸੀਹ ਦੇ ਨਾਮ ਵਿੱਚ ਮੰਗਦੇ ਹਾਂ, ਆਮੇਨ, ਆਮੇਨ, ਆਮੇਨ। ਜੈ ਮਸੀਹ ਕਿਸਾਨ। ਜ਼ੋਰ ਦਾ ਤਾਲੀ ਵਜਾਵਾਂਗੇ, ਇੱਕ ਹੋਰ ਜ਼ੋਰ ਲਾ ਦਾਂਗੇ, ਇੱਕ ਹੋਰ ਜ਼ੋਰ ਲਾ ਦਾਂਗੇ ਯਿਸੂ ਦੇ ਲਈ, ਉਹਦੀ ਮਹਿਮਾ ਦੇ ਲਈ, ਉਹਦੀ ਵਡਿਆਈ ਦੇ ਲਈ। ਹਾਲੇਲੂਯਾ, ਤਾਲੀ ਵਜਾ ਦਾਂਗੇ, ਹਾਲੇਲੂਯਾ, ਉਹਦੀ ਭਰਪੂਰੀ ਦੇ ਲਈ, ਉਹਦੇ ਆਨੰਦ ਲਈ, ਹਾਲੇਲੂਯਾ। ਜਿੰਨੇ ਲੋਕ ਪਰਮੇਸ਼ਰ ਦੀ ਖੁਸ਼ੀ ਨੂੰ ਪੂਰੀਆਂ ਕਰਦੇ ਹਨ, ਪਰਮੇਸ਼ਰ ਵੀ ਉਹਨਾਂ ਦੀ ਖੁਸ਼ੀਆਂ ਨੂੰ ਪੂਰੀਆਂ ਕਰਦੇ ਹਨ। ਹਾਲੇਲੂਯਾ, ਹਾਲੇਲੂਯਾ, ਹਾਲੇਲੂਯਾ। ਬਈ ਇੱਕ ਜ਼ੋਰ ਦਾ ਨਾਰਾ ਭਾਈਆਂ ਵੱਲੋਂ ਹੋ ਜਾਵੇ ਤੇ ਇੱਕ ਜ਼ੋਰ ਦਾ ਨਾਰਾ ਭੈਣਾਂ ਵੱਲੋਂ ਹੋ ਜਾਵੇ ਅੱਜ ਮਦਰ ਡੇ ਤੇ। ਹਾਲੇਲੂਯਾ, ਹਾਲੇਲੂਯਾ, ਹਾਲੇਲੂਯਾ। ਜਿੰਨਾ ਆਨੰਦ ਇੱਥੇ ਜਗ੍ਹਾ ਤੇ ਹੈ ਕਿਸੇ ਦੀ, ਹਾਲੇਲੂਯਾ। ਬਈ ਸਾਰੇ ਬੋਲਦੀ ਚਿੱਲਾ ਕੇ ਬੋਲੀਏ, ਹਾਲੇਲੂਯਾ। ਇਹ ਭਾਈ ਜ਼ਿਆਦਾ ਬੋਲਦਾ, ਹਾਲੇਲੂਯਾ। ਅੱਜ ਮਦਰ ਡੇ ਦੀ ਇੰਨੀ ਵਧਾਈਆਂ, ਹਾਲੇਲੂਯਾ, ਕੁਛ ਨਹੀਂ, ਹਾਲੇਲੂਯਾ, ਹਾਲੇਲੂਯਾ। ਮਾਂ ਪਿਓ ਬੱਚਿਆਂ ਨੂੰ ਖੁਸ਼ ਕਰਦੇ ਹਨ ਤੇ ਬੱਚੇ ਮਾਂ ਪਿਓ ਨੂੰ ਖੁਸ਼ ਕਰਦੇ ਹਨ, ਹਾਲੇਲੂਯਾ। ਜੇ ਸਾਨੂੰ ਤੁਹਾਡੀ ਲੋੜ ਹੈ ਤੇ ਤੁਹਾਨੂੰ ਵੀ ਸਾਡੀ ਲੋੜ ਹੈ, ਹਾਲੇਲੂਯਾ। ਪ੍ਰੇਜ਼ ਦਾ ਲੋਰਡ। ਆਓ ਦੁਆ ਕਰਾਂਗੇ। ਪਿਤਾ ਪਰਮੇਸ਼ੁਰ, ਤੁਹਾਡਾ ਧੰਨਵਾਦ ਕਰਦੇ ਹਾਂ। ਅਬਰਾਹਮ, ਇਸਾਕ, ਯਾਕੂਬ, ਬਨੀ ਇਸਰਾਇਲ ਦੇ ਪਰਮੇਸ਼ੁਰ, ਤੁਹਾਡਾ ਧੰਨਵਾਦ ਕਰਦੇ ਹਾਂ। ਪੂਰੀ ਕੁਦਰਤ ਵਾਲੇ ਖੁਦਾ, ਤੁਹਾਡਾ ਧੰਨਵਾਦ ਕਰਦੇ ਹਾਂ। ਜ਼ਮੀਨ ਅਸਮਾਨ ਦੇ ਮਾਲਿਕ ਖਾਲਿਕ, ਤੁਹਾਡਾ ਧੰਨਵਾਦ ਕਰਦੇ ਹਾਂ, ਤੇਰਾ ਥੈਂਕਸ ਕਰਦੇ ਹਾਂ। ਪਿਤਾ ਪਰਮੇਸ਼ੁਰ, ਤੁਹਾਡੀ ਹਜ਼ੂਰੀ ਸਾਡੇ ਵਿੱਚ ਮੈਂ ਮੌਜੂਦ ਹੈ। ਤੁਸੀਂ ਦਿਖਾਇਆ ਕਿ ਮੈਂ ਤੁਹਾਡੇ ਵਿਚਕਾਰ ਮੌਜੂਦ ਹਾਂ। ਮੈਂ ਤੈਨੂੰ ਬਲੈਸ ਕਰਾਂਗਾ, ਸੱਚਮੁੱਚ ਤੁਹਾਡੀ ਬਲੈਸਿੰਗ, ਤੁਹਾਡੀ ਬਰਕਤ, ਤੁਹਾਡੀ ਆਸ਼ੀਸ਼ ਇੱਕ ਦੇ ਉੱਪਰ ਹੋਵੇ। ਪ੍ਰਭੂ ਜੀ, ਜਿੰਨੇ ਲੋਕ ਅੱਜ ਇਬਾਦਤ ਕਰਨ ਦੇ ਲਈ ਆਇਆ, ਜਿੰਨੇ ਲੋਕ ਨਹੀਂ ਆ ਸਕੇ, ਉਹਨਾਂ 'ਤੇ ਬਰਕਤ ਹੋਵੇ, ਆਸ਼ੀਸ਼ ਹੋਵੇ। ਇੱਕ ਨੂੰ ਬਰਕਤ ਨਾਲ ਭਰਪੂਰ ਕਰ ਦਿਓ ਯਿਸੂ ਜੀ, ਭਰਪੂਰ ਕਰ ਦਿਓ, ਬਰਕਤ ਦਿਓ, ਆਸ਼ੀਸ਼ ਦਿਓ, ਖੁਸ਼ੀ, ਆਨੰਦ, ਸ਼ਾਂਤੀ ਦਿਓ। ਇੱਕ ਦੇ ਦੁੱਖਾਂ ਨੂੰ ਦੂਰ ਕਰ ਦਿਓ, ਸ਼ਤਾਂਦਕਾਂ ਬੰਦ ਰਹਿਣ, ਹਾਲੇਲੂਯਾ। ਦੁੱਟੇ ਸਾਰੇ ਚੱਲਾਂ ਜੀ ਫੇਲ ਹੋ ਜਾਣਾ, ਹਾਲੇਲੂਯਾ। ਤੇਰਾ ਆਤਮਾ ਇੱਕ ਨੂੰ ਗਾਈਡ ਕਰੇ, ਤੇਰਾ ਆਤਮਾ ਇੱਕ ਨੂੰ ਸੰਭਾਲੇ, ਤੇਰਾ ਆਤਮਾ ਇੱਕ ਨੂੰ ਦਿਲਾਸਾ ਦੇਵੇ। ਸਾਡੀ ਵੀ ਮਦਦ ਕਰੋ, ਅਸੀਂ ਇੱਕ ਦਿਨ ਸਹਾਇਤਾ ਕਰ ਸਕੀਏ, ਮਦਦ ਕਰੋ, ਆਓ ਸਹਾਇਤਾ ਕਰੋ। ਸ਼ਤਾਨ ਦੇ ਕੰਮ ਬੰਦ ਰਹੋ। ਪ੍ਰਭੂ ਯਿਸੂ, ਤੁਹਾਡਾ ਧੰਨਵਾਦ ਕਰਦੇ। ਆਉਣ ਵਾਲਾ ਸਮਾਂ ਪਲਾ ਕਰੀ ਸੰਦੀਪ ਜੀਵਨ ਰਾਜ ਸਾਡੀ ਸਭ ਦੀ ਅਗਵਾਈ ਕਰੋ। ਬੜੀ ਸਾਰੀ ਬਰਕਤ ਦੇ ਕੇ, ਬੜੀ ਸਾਰੀ ਆਸ਼ੀਸ਼ ਦੇ ਕੇ ਆਪਣੇ ਖਾਦਮਾਂ ਨੂੰ, ਆਪਣੇ ਦਾਸ ਦਾਸੀਆਂ ਨੂੰ, ਆਪਣੇ ਕੰਮ ਲਈ, ਆਪਣੀ ਸੇਵਾ ਲਈ ਇਸਤੇਮਾਲ ਕਰੋ। ਤੁਸੀਂ ਚਾਹੁੰਦੇ ਸਾਰੇ ਜਗਤ ਬਚ ਜਾਏ, ਪ੍ਰਾਰਥਨਾ ਹੈ ਸਾਰੇ ਜਗਤ ਬਚਾ ਲਓ। ਪ੍ਰਾਰਥਨਾ ਹੈ ਸਾਡੇ ਸਭ ਦੇ ਸਾਥ ਇਸ ਤਰ੍ਹਾਂ ਤੇਰੀ ਮਹਿਮਾ, ਤੇਰੀ ਵਡਿਆਈ ਕਰਨ 'ਚ ਲੱਗੀ ਰਹੀਏ। ਪ੍ਰਭੂ ਯਿਸੂ, ਤੁਹਾਡਾ ਧੰਨਵਾਦ ਕਰਦੇ, ਹਾਲੇਲੂਯਾ। ਤੂੰ ਆਪ ਆਖਿਆ ਕਿ ਮੈਂ ਤੇਰੀਆਂ ਸਾਰੀਆਂ ਬੁਰਿਆਈਆਂ ਨੂੰ ਖਿਮਾ ਕਰਦਾ, ਸਾਰੇ ਰੋਗਾਂ ਤੋਂ ਨਿਰੋਇਆ ਕਰਦਾ, ਤੇਰੀ ਜਿੰਦ ਨੂੰ ਮੈਂ ਟੋਏ ਤੋਂ ਬਚਾਵਾਂਗਾ, ਮੈਂ ਬਚਾਉਂਦਾ, ਤੇਰੀ ਜਵਾਨੀ ਨੂੰ ਉਕਾਵ ਦੀ ਮਾਨਣ ਨਵਾਂ ਕਰਦਾ, ਹਾਲੇਲੂਯਾ। ਤੇਰੇ ਸਿਰ ਉੱਤੇ ਦਿਆ ਤੇ ਰਹਿਮ ਦਾ ਮੁਕਟ ਰੱਖਦਾ ਹੈ। ਪਿਤਾ ਪਰਮੇਸ਼ਰ, ਤੇਰੇ ਵਚਨ ਦਾ ਪੜ੍ਹਿਆ ਜਾਣਾ, ਸੁਣਿਆ ਜਾਣਾ,
ਅਮਲ ਕੀਤਾ ਜਾਣਾ ਵਾਇਸ ਬਰਕਤ ਹੋਏ। ਪ੍ਰਭੂ ਮੇਰੇ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ, ਤੇਰੀ ਤਾਰੀਫ ਤੇਰੀ ਵਡਿਆਈ ਕਰਦੇ। ਹਾਲੇ ਯੱਸੂ ਜੀ ਤੁਹਾਡਾ ਧੰਨਵਾਦ ਕਰਦੇ। ਹਾਲੇ ਤੁਹਾਡੇ ਪਿਆਰ ਵੱਧਦਾ ਜਾਵੇ, ਤੁਹਾਡੇ ਲੋਕ ਵੱਧਦੇ ਜਾਣ ਪ੍ਰਭੂ ਯੱਸੂ ਮਸੀਹ। ਬਹੁਤ ਸਾਰੇ ਲੋਕ ਬਚ ਕੇ ਤੁਹਾਡੀ ਗੱਲੇ ਦੇ ਹੋ ਜਾਣ ਪ੍ਰਭੂ ਯੱਸੂ, ਤੇਰੀ ਮਹਿਮਾ ਤੜਵੇ। ਸਾਡੇ ਦੀਵਾਨ ਸੋ ਲੈ ਕਬੂਲ ਕੀਤਾ, ਧੰਨਵਾਦ ਕਰਦੇ ਹਾਂ, ਧੰਨਵਾਦ ਕਰਦੇ ਹਾਂ ਯੱਸੂ ਮਸੀਹ ਦੇ ਮਿੱਠੇ ਪਿਆਰੇ ਜਲਾਲੀ ਨਾਮ 'ਚ ਮੰਗਦੇ ਹਾਂ। ਆਮੇਨ ਆਮੇਨ। ਸਭ ਨੂੰ ਸ਼ਹਿਦ ਨਾਲ ਮਿੱਠੀ ਜੈ ਮਸੀਹ ਦੀ, ਜੈ ਮਸੀਹ ਦੀ, ਉੱਚੀ ਬੁਲੰਗ ਜੈ ਮਸੀਹ ਕੀ, ਹਾਲੇਲੂਯਾ, ਬਰਕਤ। ਕਿਰਪਾ ਫਜ਼ਲ ਅਨੁਗ੍ਰਹਿ ਪਵਿੱਤਰ ਆਤਮਾ ਦੀ ਰਫਾਕਤ ਸੰਗਤ ਇਸ ਕਲੀਸਿਆ ਦੇ ਨਾਲ ਦੁਨੀਆ ਭਰ ਦੇ ਤਮਾਮ ਮਸੀਹ ਲੋਕਾਂ ਦੇ ਨਾਲ ਹੁਣ ਤੋਂ ਲੈ ਕੇ ਹਮੇਸ਼ਾ ਹਮੇਸ਼ਾ ਤੱਕ ਹੁੰਦਾ ਰਹੇ। ਖੁਦਾ ਬਾਪ ਤੁਹਾਨੂੰ ਸਭ ਨੂੰ ਬਹੁਤ ਸਾਰੀ ਬਰਕਤ ਦੇਣ। ਸਭ ਨੂੰ ਜੈ ਮਸੀਹ।